ਰਾਧਾ ਸੁਆਮੀ ਜੀ ਬਾਬਾ ਜੀ ਮੈਂ 6-5 ਜਣੇ ਦਾ ਹਾਂ ਜਿਸ ਵੇਲੇ ਮੈਂ ਭਜਨ ਸਿਮਰਨ ਕਰਨ ਲਈ ਆਪਣੀ ਸ਼ਾਂਤ ਜਗ੍ਹਾ 'ਤੇ ਜਾ ਕੇ ਬੈਠਦਾ ਹਾਂ ਉਸ ਤੋਂ ਪਹਿਲਾਂ ਹੀ ਮੇਰੇ ਇੱਥੋਂ ਆਵਾਜ਼ਾਂ ਜੀਆਂ ਸ਼ੁਰੂ ਹੋ ਜਾਂਦੀਆਂ ਨੇ ਕੰਨ ਨਾਲ ਔਰ ਮੈਂ ਇਹ 6-5 ਰਹਿੰਦਾ ਹਾਂ ਕਿ ਇਹ ਦਿਆਲ ਦੀ ਦਇਆ ਹੈ ਕਿ ਕਾਲ ਦੀ ਚਾਲ ਹੈ ਮੈਨੂੰ ਸਿਮਰਨ ਵੀ ਨਹੀਂ ਕਰਨ ਦਿੰਦੀ ਉਸ ਤੋਂ ਪਹਿਲਾਂ ਮੇਰੇ ਧਿਆਨ ਨੂੰ ਖਿੱਚ ਲੈਂਦੀ ਹੈ ਨਹੀਂ ਬੇਟਾ ਸ਼ਬਦ ਤਾਂ 24 ਘੰਟੇ ਸਾਡੇ ਹਰੇਕ ਵਿੱਚ ਵੱਜ ਰਿਹਾ ਹਾਂਜੀ ਸਾਡੀ ਇਕਾਗਰਤਾ ਹੈ ਨਹੀਂ ਠੀਕ ਹੈ ਨਾ ਆਪਾਂ ਸਿਮਰਨ ਕਰਦੇ ਹਾਂ ਇਕਾਗਰਤਾ ਲਿਆਉਣ ਵਾਸਤੇ ਮਗਰ ਜਿਹਨੂੰ ਸੁਣਾਈ ਦੇ ਰਿਹਾ ਉਹ ਘਬਰਾ ਜਾਂਦਾ ਹੈਗਾ ਆਪਣੇ 'ਚ ਚੰਗੀ ਗੱਲ ਹੈ ਠੀਕ ਹੈ ਬੈਠੋ ਸਿਮਰਨ ਨਾਲ ਸ਼ੁਰੂ ਕਰੋ ਔਰ ਫਿਰ ਭਜਨ 'ਤੇ ਬਹਿ ਜਾਓ ਅਤੇ ਮੈਨੂੰ ਅੱਜ ਤੱਕ ਨਾ ਤਾਂ ਲਾਈਟ ਨਜ਼ਰ ਆਈ ਹੈ ਅਤੇ ਨਾ ਮਹਾਰਾਜ ਜੀ ਦੇ ਦਰਸ਼ਨ ਆਏ ਨੇ ਅਤੇ ਬੇਟਾ ਦੇਖੋ ਆਪਾਂ ਨਹੀਂ ਮੰਗਣਾ ਕੁਛ ਆਪਾਂ ਤਾਂ ਭਾਣੇ 'ਚ ਰਹਿਣਾ ਜਦੋਂ ਉਹ ਉਸ ਲਾਇਕ ਸੋਚਣਗੇ ਆਪਣੇ ਆਪ ਦੇਣਗੇ ਠੀਕ ਹੈ ਆਪਾਂ ਤਾਂ ਬਖਸ਼ਿਸ਼ ਹੀ ਮੰਗਣੀ ਹੈ ਠੀਕ ਹੈ ਬਾਕੀ ਉਹਨਾਂ 'ਤੇ ਛੱਡੋ ਮਾਲਕ ਦੀ ਪਲੈਨਿੰਗ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਾਬਾ ਜੀ ਤੁਸੀਂ ਇਹ ਗੱਲ ਕਹੀ ਆ ਅੱਜ ਬਾਬਾ ਜੀ ਕੁਦਰਤੀ ਆਏ ਆ ਸਾਲ ਬਾਅਦ ਤੁਹਾਡੇ ਦਰਸ਼ਨ ਕਰਨ ਅਤੇ ਬਾਬਾ ਜੀ ਸਵਾਲ ਜਵਾਬ 'ਚ ਮੌਕਾ ਮਿਲਿਆ ਵਾ ਕੱਲ੍ਹ ਤੁਸੀਂ ਜਦੋਂ ਦਰਸ਼ਨ ਦੇ ਕੇ ਬਾਬਾ ਜੀ ਗੱਡੀ ਉੱਪਰ ਲੈ ਕੇ ਗਏ ਤਾਂ ਸ਼ਬਦ ਯਾਦ ਆ ਗਿਆ ਕਰ ਲਏ ਸੰਗਤ ਦਰਸ਼ਨ ਸਤਿਗੁਰੂ ਬਹਿ ਗਏ ਕੁਰਸੀ ਦਾ ਕੇ ਬਾਬਾ ਜੀ ਦੀ ਹਜ਼ੂਰ ਮਹਾਰਾਜ ਜੀ ਦੀ ਯਾਦ ਆਈ ਕਿ ਬਾਬਾ ਜੀ ਉਸ ਤਰ੍ਹਾਂ ਹੀ ਬੈਠ ਕੇ ਤੁਹਾਡੇ ਦਰਸ਼ਨ ਕਰ ਸਕਦੀ ਸੰਗਤ ਹੁਣ ਬੇਟਾ ਆਪਾਂ ਸਾਰੀ ਉਮਰ ਨਾ ਪੁਰਾਣੇ ਕੋਈ ਵੀ ਸਾਨੂੰ ਕੋਈ ਚੀਜ਼ ਮਹਿਸੂਸ ਹੋਈ ਹੋਵੇ ਕੋਈ ਆਪਾਂ ਦ੍ਰਿਸ਼ ਦੇਖਿਆ ਹੋਵੇ ਸਾਰੀ ਉਮਰ ਲੱਗ ਜਾਂਗੇ ਉਹਨੂੰ ਦੁਬਾਰਾ ਦੁਹਰਾਉਣ ਵਾਸਤੇ ਜਿਹੜਾ ਤੁਹਾਨੂੰ ਉਸ ਵਕਤ ਜਿਹੜੀ ਖੁਸ਼ੀ ਮਿਲੀ ਸੀ ਉਹ ਦੁਬਾਰਾ ਨਹੀਂ ਮਿਲ ਸਕਦੀ ਸੋ ਇਸ ਕਰਕੇ ਅੱਗੇ ਵਧੋ ਹਰੇਕ ਪਲ ਵਿੱਚੋਂ ਖੁਸ਼ੀ ਲਓ ਬਜਾਏ ਇਹਦੇ ਕਿ ਆਪਾਂ ਸੋਚੀਏ ਕਿ ਉਸ ਚੀਜ਼ ਨੂੰ ਦੁਹਰਾਈਏ ਉਹ ਨਾ ਵਕਤ ਦੁਬਾਰਾ ਹੋਊਗਾ ਨਾ ਸਾਡੇ ਮਨ ਦੀ ਸੋਚ ਉਹੋ ਜਿਹੀ ਹੋਊਗੀ ਕੋਈ ਚੀਜ਼ ਨਹੀਂ ਉਹੋ ਜਿਹੀ ਹੋਣੀ ਇਸ ਕਰਕੇ ਆਪਾਂ ਤਾਂ ਬੇਟਾ ਹਰੇਕ ਪਲ ਵਿੱਚੋਂ ਖੁਸ਼ੀ ਲੈਣੀ ਹੈ ਹਰੇਕ ਪਲ ਵਿੱਚੋਂ ਮਾਲਕ ਦੀ ਬਖਸ਼ਿਸ਼ ਹੋਣੀ ਚਾਹੀਦੀ ਹੈ ਬਾਬਾ ਜੀ ਭਜਨ ਸਿਮਰਨ ਥੋੜ੍ਹੀ ਮਦਦ ਕਰੋ ਬਾਬਾ ਜੀ ਕਰਦੇ ਹਾਂ ਪਰ ਸਾਰੀਆਂ ਚੀਜ਼ਾਂ 'ਚ ਬਾਬਾ ਮਦਦ ਕਰੂਗਾ ਤਾਂ ਆਪਾਂ ਕੀ ਕਰਾਂਗੇ ਬਾਬਾ ਜੀ ਬੈਠਦੇ ਹਾਂ ਪਰ ਅੱਜ ਤੱਕ ਕੁਛ ਦਿਖਿਆ ਨਹੀਂ ਅੰਦਰੋਂ ਬੇਟਾ ਜੋ ਆਪਣੇ ਹੱਕ ਦੀ ਦੌਲਤ ਹੈ ਨਾ ਸਾਨੂੰ ਮਿਲੂਗੀ ਕਿਸੇ ਹੋਰ ਨੂੰ ਨਹੀਂ ਮਿਲ ਸਕਦੀ ਹਾਂਜੀ ਉਹ ਸਿਰਫ ਦੇਖੋ ਘਰ ਵਿੱਚ ਬੱਚੇ ਹੈ ਇੱਕ ਬੱਚਾ ਹਰੇ ਜੋ ਵੀ ਮਾਂ ਬਾਪ ਦਿੰਦੇ ਆ ਬੜੀ ਕਦਰ ਕਰਦਾ ਮਾਂ ਬਾਪ ਬੜੀ ਖੁਸ਼ੀ ਨਾਲ ਦਿੰਦੇ ਆ ਉਹਨੂੰ ਦੂਜਾ ਬਿਲਕੁਲ ਕਦਰ ਨਹੀਂ ਕਰਦਾ ਜਾਂ ਉਹਨੂੰ ਉਸ ਚੀਜ਼ ਦੀ ਹਾਲੇ ਤੀਕਰ ਪਹਿਚਾਣ ਨਹੀਂ ਹੋਈ ਸੋ ਦੇਣਾ ਸਾਰਿਆਂ ਨੂੰ ਇੱਕੋ ਜਿੱਕਾ ਹੈ ਮਾਂ ਬਾਪ ਨੇ ਠੀਕ ਹੈ ਨਾ ਆਪਣੇ ਕਦਰ ਦੀ ਗੱਲ ਹੈ ਆਪਾਂ ਆਪਣੇ ਆਪ ਨੂੰ ਉਸ ਲਾਇਕ ਬਣਾਈਏ ਕਿ ਸਾਨੂੰ ਕਦਰ ਹੋਵੇ ਆਪਣੇ ਆਪ ਦੇਣਗੇ ਬੇਟਾ ਮੰਗਣ ਦੀ ਤਾਂ ਲੋੜ ਹੀ ਨਹੀਂ ਗੀ ਸਾਡੇ ਹੱਕ ਦੀ ਕਿਸੇ ਹੋਰ ਨੂੰ ਨਹੀਂ ਦੇਣੀ ਉਹਨਾਂ ਨੇ ਉਹ ਮਿਲੂਗੀ ਤੁਹਾਨੂੰ ਹੀ ਹਾਂਜੀ ਬਾਬਾ ਜੀ ਹਫ਼ਤਾ ਕੁ ਪਹਿਲਾਂ ਮੈਂ ਸੋ ਰਿਹਾ ਸੀ ਕੁਛ ਆਵਾਜ਼ ਸੁਣਾਈ ਦਿੱਤੀ ਮੈਂ ਜਲਦੀ ਜਲਦੀ ਉੱਠ ਕੇ ਪੰਜ ਸਿਮਰਨ 'ਤੇ ਬੈਠਾ ਪਰ ਉਸ ਤੋਂ ਬਾਅਦ ਬਾਬਾ ਜੀ ਮੈਨੂੰ ਕੁਛ ਦਿਖਿਆ ਨਹੀਂ ਜਦੋਂ ਸੁਣਾਈ ਦਿੰਦੀ ਹੈ ਨਾ ਜਿਸ ਅਵਸਥਾ ਵਿੱਚੋਂ ਬਸ ਉਸੇ ਤਰ੍ਹਾਂ ਸੁਣਨ ਦੀ ਕੋਸ਼ਿਸ਼ ਕਰਿਆ ਬਹੁਤ ਕੋਸ਼ਿਸ਼ ਕੀਤੀ ਬਾਬਾ ਜੀ 10-15 ਮਿੰਟ ਤਾਂ ਸੁਣਦੀ ਰਹੀ ਪਰ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਉੱਪਰ ਰੂਹਾਨੀ ਮੰਡਲਾਂ ਦੀ ਕੋਈ ਸੈਰ ਹੋਵੇ ਪਰ ਬਾਬਾ ਇੰਨੀ ਛੇਤੀ ਨਹੀਂ ਸੈਰ ਹੁੰਦੀ ਥੋੜ੍ਹੀ ਜਿਹੀ ਸੇਵਾ ਸੁਭਾ ਕਰੋ ਭਜਨ ਸਿਮਰਨ ਕਰੋ ਫਿਰ ਹੋਊਗੀ ਬਾਬਾ ਜੀ ਤੁਹਾਡੀ ਦਇਆ ਨਾਲ ਹੀ ਹੋ ਸਕਦੀ ਹੈ ਕੋਈ ਨਾ ਬਾਬਾ ਜੀ ਸਾਰੀ ਸੰਗਤ 'ਤੇ ਦਇਆ ਮੇਰ ਬਣਾਈ ਰੱਖਣਾ ਅਤੇ ਸੱਚਖੰਡ ਬਾਬਾ ਜੀ ਨਾਲ ਲੈ ਜਾਈਏ ਸੱਚਖੰਡ ਲੈ ਕੇ ਜਾਣਾ ਕੋਈ ਵਿੱਚ ਵਿਚਾਲੇ ਨਹੀਂ ਸਿੱਧਾ ਉੱਥੇ ਜਾਣਾ ਮੈਂ ਹਾਂਜੀ ਠੀਕ ਹੈ ਸੋਚ ਹੀ ਬਾਬਾ ਜੀ ਇਹੀ ਹੈ ਠੀਕ ਹੈ ਨਹੀਂ ਚੰਗੀ ਆ ਸੋਚ ਤਾਂ ਬੇਟਾ ਪਰ ਮਿਹਨਤ ਵੀ ਕਰੋ ਤੁਹਾਡੀ ਦਇਆ ਨਾਲ ਹੀ ਹੋ ਸਕਦੀ ਹੈ ਤੁਹਾਡੀ ਦਇਆ ਨਾਲ ਮਿਹਨਤ ਤੁਸੀਂ ਕੀ ਸੋਚਦੇ ਹੋ ਮੇਰੀ ਦਇਆ ਹੈ ਨਹੀਂ ਮੈਂ ਟੂਟੀ ਬੰਦ ਕਰਤੀ ਦਇਆ ਦੀ ਹੈ ਨਹੀਂ ਬਾਬਾ ਜੀ ਐਸੀ ਕੋਈ ਗੱਲ ਨਹੀਂ ਨਹੀਂ ਜੇ ਕਿਸੇ ਨੇ ਆਪਣੀ ਜ਼ਿੰਮੇਵਾਰੀ ਲਿੱਤੀ ਹੈ ਨਾਮ ਦਿੱਤਾ ਹੈਗਾ ਉਹ ਤਾਂ ਚਾਹੂਗਾ ਕਿ ਆਪਾਂ ਸਫਲ ਹੋਈਏ ਹਾਂਜੀ ਬਾਬਾ ਜੀ ਸਾਰੀ ਸੰਗਤ ਦਇਆ ਮੇਰ ਬਣਾਈ ਰੱਖਣਾ ਜੋ ਵੀ ਕਰੋ ਟਾਈਮ ਕੱਢ ਕੇ ਉਹਨਾਂ 'ਤੇ ਦਇਆ ਮੇਰ ਬਾਬਾ ਜੀ ਕੋਈ ਸਵਾਲ ਹੀ ਨਹੀਂ ਹੈਗਾ ਜੀ ਬਾਬਾ ਜੀ ਆਮ ਇਨਸਾਨ ਲਈ ਕਿਹੜੀਆਂ ਕਿਹੜੀਆਂ ਇੰਟਰਸਟਸ ਹੋਣੀਆਂ ਚਾਹੀਦੀਆਂ ਤੁਹਾਡੇ ਅਨੁਸਾਰ ਜੋ ਤੁਹਾਡੀ ਖੁਸ਼ੀ ਮਿਲ ਸਕੇ ਬੇਟਾ ਨੋਰਮਲ ਜ਼ਿੰਦਗੀ ਜੀਓ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਤੁਸੀਂ ਅਲੱਗ ਹੋ ਜਾਓ ਦੂਜਿਆਂ ਤੋਂ
ਆਪਣੀ ਦੁਨੀਆਦਾਰੀ ਵੀ ਨਿਭਾਓ, ਸਾਰਾ ਕੁਛ ਕਰੋ, ਮਗਰ ਨਾਲ ਮਾਲਕ ਵਾਸਤੇ ਵੀ ਵਕਤ ਕੱਢੀਏ। ਤੁਸੀਂ ਆਪਣੇ ਪਰਿਵਾਰ ਵਾਸਤੇ ਵਕਤ ਨਹੀਂ ਕੱਢੋਗੇ ਤਾਂ ਕੀ ਹੋਊਗਾ, ਨਿਭੂਗਾ? ਖਾਣ ਪੀਣ ਵਾਸਤੇ ਵਕਤ ਨਹੀਂ ਕੱਢੋਗੇ ਕੀ ਹੋਊਗਾ, ਕੱਢਦੇ ਹਾਂ ਕਿ ਨਹੀਂ ਕੱਢਦੇ? ਉਸੇ ਤਰ੍ਹਾਂ ਬੇਟਾ ਮਾਲਕ ਵਾਸਤੇ ਕੱਢਣਾ ਚਾਹੀਦਾ। ਮੈਂ ਇਹ ਤਾਂ ਨਹੀਂ ਕਹਿੰਦਾ ਕਿ 24 ਘੰਟੇ ਬਹਿ ਕੇ ਭਜਨ ਸਿਮਰਨ ਕਰੋ, ਮਗਰ ਜ਼ਿੰਦਗੀ 'ਚ ਇੱਕ ਬੈਲੈਂਸ ਰੱਖੋ, ਠੀਕ ਹੈ ਨਾ? ਕੰਮ ਕਾਜ ਦਾ ਵਕਤ ਹੈ, ਕੰਮ ਕਾਜ ਨੂੰ ਧਿਆਨ ਦਿਓ, ਆਪਣੇ ਪਰਿਵਾਰ ਨੂੰ ਵੀ ਧਿਆਨ ਦਿਓ, ਮਗਰ ਨਾਲ ਭਜਨ ਸਿਮਰਨ ਨੂੰ ਵੀ ਦਿਓ ਬੇਟਾ ਜੀ। ਪੋਜ਼ਿਟਿਵਿਟੀ ਕਿੱਦਾਂ ਆਵੇਗੀ ਬੇਟਾ? ਜਦੋਂ ਆਪਾਂ ਉਹਦੇ ਭਾਣੇ ਵਿੱਚ ਆ ਜਾਵਾਂਗੇ ਤਾਂ ਆਪਣੇ ਆਪ ਪੋਜ਼ਿਟਿਵਿਟੀ ਆ ਜਾਊਗੀ। ਇਸ ਵਕਤ ਸਾਡਾ ਦਾਇਰਾ ਹੀ ਛੋਟਾ, ਅਸੀਂ ਤਾਂ ਮੰਗਾਂ ਨੂੰ ਲੈ ਕੇ ਬੈਠੇ ਹਾਂ ਬੇਟਾ। ਜਦੋਂ ਤੋਂ ਇਨਸਾਨ ਸ੍ਰਿਸ਼ਟੀ ਵਿੱਚ ਆਇਆ ਹੈ, ਇਹਨੇ ਆਪਣੀ ਮੰਗ ਨੂੰ ਜ਼ਿਆਦਾ ਅਹਿਮ ਮੰਨਿਆ, ਗਲਤ ਚੀਜ਼ਾਂ ਮੰਗ ਕੇ ਬੈਠ ਗਏ, ਇਸੇ ਕਰਕੇ ਕਰਮ ਕਾਂਡ ਵਿੱਚ ਫਸ ਗਏ। ਚਾਹੀਦਾ ਤਾਂ ਇਹ ਕਿ ਉਹਦੇ ਭਾਣੇ 'ਚ ਰਹੀਏ, ਮਗਰ ਆਪਾਂ ਮੰਗਾਂ ਨੂੰ ਲੈ ਕੇ ਬਹਿ ਜਾਂਦੇ ਹਾਂ। ਜੇ ਉਹਦੇ ਭਾਣੇ 'ਚ ਰਵਾਂਗੇ ਫਿਰ ਸਾਡਾ ਤਾਂ ਕੋਈ ਕਰਮ ਨਹੀਂ ਹੋਇਆ। ਸੋ ਬੇਟਾ ਭਜਨ ਸਿਮਰਨ ਕਰਾਂਗੇ, ਦਾਇਰਾ ਖੁੱਲੂਗਾ, ਅਹਿਸਾਸ ਹੋਊਗਾ ਕਿ ਸਹੀ ਕੀ ਹੈ, ਤਾਂ ਆਪਣੇ ਆਪ ਮੰਗਾਂ ਪਿੱਛੇ ਹਟ ਜਾਣਗੀਆਂ ਬੇਟਾ, ਤਾਂ ਪੋਜ਼ਿਟਿਵਿਟੀ ਆਊਗੀ। ਨਾਮਦਾਨੀ ਪੇਸ਼ੀ ਕਰੋ ਜੀ। ਬੋਲਣਹਾਰ ਹਾਂ ਬਾਬਾ ਜੀ, ਬਖਸ਼ ਲੈਣਾ, ਬਖਸ਼ ਲੈਣਾ, ਬਖਸ਼ ਲੈਣਾ ਜੀ। ਬਾਬਾ ਜੀ ਕਹਿੰਦੇ ਹਨ ਕਿ ਦਿਲੋਂ ਕੀਤੀ ਹੋਈ ਅਰਦਾਸ ਹਮੇਸ਼ਾ ਸੱਚੀ ਅਤੇ ਪੂਰੀ ਹੁੰਦੀ ਹੈ, ਜੇ ਸੱਚੇ ਦਿਲੋਂ ਅਰਦਾਸ ਕਰਦੇ ਹਾਂ ਤਾਂ ਜ਼ਰੂਰ ਪੂਰੀ ਕਰਦਾ ਹੈ, ਕੀ ਇਹ ਸੱਚ ਹੈ ਬਾਬਾ ਜੀ? ਬੇਟਾ ਇਹ ਬੋਲਣ ਦਾ ਲਹਿਜ਼ਾ ਹੈਗਾ, ਠੀਕ ਹੈ ਨਾ? ਹੁਣ ਦੇਖੋ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਸਮਤ ਕਿਵੇਂ ਬਣੀ ਹੈ ਆਪਣੀ। ਕਿਸਮਤ ਬਣੀ ਹੈ ਆਪਣੇ ਕਰਮਾਂ ਦੇ ਉੱਤੇ, ਜੋ ਵੀ ਪੁਰਾਣੇ ਕਰਮ ਹੈ ਉਹ ਇਕੱਠੇ ਕਰਕੇ ਸਾਡੀ ਕਿਸਮਤ ਬਣ ਗਈ, ਠੀਕ ਹੈ? ਹੁਣ ਕਿਸਮਤ ਕੋਈ ਬਦਲ ਨਹੀਂ ਸਕਦਾ, ਨਾ ਕਰਮ ਤੁਹਾਨੂੰ ਕੋਈ ਦੇ ਸਕਦਾ, ਨਾ ਕਰਮ ਤੁਹਾਡੇ ਕੋਈ ਲੈ ਸਕਦਾ। ਹੁਣ ਆਪਾਂ ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਮੰਗਾਂ ਰੱਖਦੇ ਹਾਂ ਸਿਰਫ ਆਪਣੇ ਮਨ ਦੀ ਤਸੱਲੀ ਵਾਸਤੇ ਕਿ ਮਾਲਕ ਭੁੱਲ ਗਿਆ, ਕਿ ਆਪਾਂ ਮਾਲਕ ਨੂੰ ਯਾਦ ਦਿਲਾ ਰਹੇ ਹਾਂ, ਕਿ ਉਹਨੂੰ ਪਤਾ ਨਹੀਂ ਸਾਡੇ ਵਾਸਤੇ ਕੀ ਚੰਗਾ ਹੈ ਕੀ ਮਾੜਾ। ਸੋ ਇਸ ਕਰਕੇ ਬੇਟਾ ਜੇ ਮਾਲਕ ਦੇਣ ਦੀ ਤਾਕਤ ਰੱਖਦਾ ਤਾਂ ਜਾਣਨ ਦੀ ਵੀ ਤਾਕਤ ਰੱਖਦਾ, ਔਰ ਜਿਹੜਾ ਮਾਲਕ ਜਾਣ ਨਹੀਂ ਸਕਦਾ ਉਹ ਦੇ ਕਿੱਥੋਂ ਸਕਦਾ? ਸੋ ਇਹ ਆਪਣੀ ਮਨ ਦੀ ਸ਼ਾਂਤੀ ਹੈ ਕਿ ਠੀਕ ਹੈ, ਹੁਣ ਮਾਂ ਬਾਪ ਨੂੰ ਪਤਾ ਕਿ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ, ਮਗਰ ਬੱਚੇ ਦਾ ਦਾਇਰਾ ਛੋਟਾ ਹੈ, ਉਹ ਸਮਝਦਾ ਮੈਨੂੰ ਦੱਸਣਾ ਪਊਗਾ, ਨਹੀਂ ਤਾਂ ਮਾਂ ਬਾਪ ਦੇਣਗੇ ਨਹੀਂ ਮੈਨੂੰ। ਹੁਣ ਸਭ ਪਤਾ ਜੋ ਉਹਨੇ ਦੇਣਾ ਉਹਨੇ ਦੇਣਾ ਹੈ। ਸੋ ਇਹ ਆਪਣੀ ਮਨ ਦੀ ਤਸੱਲੀ ਵਾਸਤੇ ਠੀਕ ਹੈ, ਤੁਸੀਂ ਮੰਗ ਲਓ, ਅਰਦਾਸਾਂ ਕਰ ਲਓ, ਮਿਲੂਗਾ ਉਹੀ। ਪਰ ਬਾਬਾ ਜੀ ਪਿੱਛੇ ਚਾਚਾ ਜੀ ਦੀ ਬੇਟੇ ਦੀ ਡੈਥ ਹੋ ਗਈ ਜੀ, ਬਹੁਤ ਅਰਦਾਸ ਬੇਨਤੀ ਕੀਤੀ। ਬੇਟਾ ਆਉਣਾ ਜਾਣਾ ਤਾਂ ਸਾਰਿਆਂ ਨੇ ਹੀ ਹੈ, ਹੁਣ ਹੈ ਕੋਈ ਘਰ ਇੱਥੇ ਜਿਹਦੇ ਘਰੇ ਕੋਈ ਇਹੋ ਜਿਹਾ ਸੋਗ ਨਾ ਹੋਇਆ ਹੋਊਗਾ ਬੇਟਾ? ਪਰ ਬਾਬਾ ਜੀ ਕਹਿੰਦੇ ਦਾਨ ਪੁੰਨ ਬਹੁਤ ਕੀਤਾ ਜੀ। ਨਹੀਂ ਬੇਟਾ, ਸਭ ਕੁਛ ਹੁਕਮੀ ਆਵਦਾ, ਸਭ ਕੁਛ ਹੁਕਮੀ ਜਾਏ, ਜੇ ਕੋ ਮੂਰਖ ਆਪੇ ਜਾਣੇ, ਅੰਧਾ ਅੰਧ ਕਮਾਏ। ਆਉਣ ਦਾ ਵਕਤ ਔਰ ਜਾਣ ਦਾ ਵਕਤ ਪਹਿਲਾਂ ਤੋਂ ਲਿਖਿਆ ਬੇਟਾ, ਕੋਈ ਉਹਨੂੰ ਢਾਲ ਨਹੀਂ ਸਕਦਾ, ਤੁਸੀਂ ਜੋ ਮਰਜ਼ੀ ਕੋਸ਼ਿਸ਼ ਕਰ। ਪਰ ਬਾਬਾ ਜੀ ਜਿਹੜਾ ਆਪਾਂ ਦਾਨ ਪੁੰਨ ਕਰਦੇ ਹਾਂ ਉਹਦਾ ਉਹਨੂੰ ਫਾਇਦਾ ਹੁੰਦਾ ਹੈ? ਬੇਟਾ ਜੋ ਵੀ ਕਰਨਾ ਫਾਇਦਾ ਨੁਕਸਾਨ ਦੇਖੇ ਨਹੀਂ ਕਰਨਾ ਬੇਟਾ, ਜਿੱਥੇ ਤੁਸੀਂ ਗਿਣਤੀ ਲਿਆਈ, ਆਪਾਂ ਪਿਆਰ ਵਿੱਚ ਕਦੇ ਫਾਇਦਾ ਨੁਕਸਾਨ ਦੇਖਦੇ ਹਾਂ ਬੇਟਾ? ਬੇਟਾ ਆਪਣੀ ਲੋੜ ਨੂੰ ਕਰਨਾ, ਆਪਾਂ ਜੇ ਦੂਜੇ ਨੂੰ ਵੀ ਦਿੰਦੇ ਹਾਂ ਨਾ ਆਪਣੀ ਲੋੜ ਨੂੰ ਦੇਣਾ, ਨਾ ਕਿ ਗਿਣਤੀ ਵਿੱਚ ਦੇਖ ਕੇ ਕਿ ਜੀ ਮੈਂ ਆਹ ਕਰੂੰਗਾ ਤਾਂ ਇਹਦੇ ਏਵਜ਼ ਵਿੱਚ ਮੈਨੂੰ ਕੀ ਮਿਲੂਗਾ। ਜਿੱਥੇ ਗਿਣਤੀ ਆ ਗਈ ਉੱਥੇ ਕੰਮ ਖਤਮ ਹੋ ਗਿਆ। ਬਾਬਾ ਜੀ ਜਵਾਨੀ ਵੇਲੇ ਚਲੇ ਜਾਣਾ ਮਾੜੇ ਕਰਮਾਂ ਦੀ ਨਿਸ਼ਾਨੀ, ਇੱਕ ਪਾਸੇ ਤਾਂ ਦੇਖੀਏ ਚੰਗੇ ਕਰਮ ਹੈ ਬੇਟਾ, ਕਰਮ ਜੇ ਉਹਦੇ ਕਰਮ ਹੀ ਘੱਟ ਹੋਣਗੇ, ਕਰਮ ਖਤਮ ਹੋ ਗਏ, ਉਹ ਚਲੇ ਗਿਆ। ਬਾਬਾ ਜੀ ਪਿੱਛੇ ਮੈਨੂੰ ਪਰਿਵਾਰ, ਨਹੀਂ ਨਹੀਂ ਮੈਨੂੰ ਇਹ ਦੱਸੋ ਆਪਾਂ ਪਿੱਛੇ ਰਹਿ ਕੇ ਕੀ ਮਿਲ ਗਿਆ ਆਪਾਂ ਨੂੰ, ਦੁਖੀ ਹੋਇਆ ਆਪਾਂ ਨੂੰ ਜੀ? ਬੇਟਾ ਆਪਣੀ ਖੁਸ਼ੀ ਉਹਦੀ ਖੁਸ਼ੀ 'ਚ ਹੋਣੀ ਚਾਹੀਦੀ ਹੈ, ਆਪਾਂ ਆਪਣੀ ਕਮੀ ਦੇਖਦੇ ਹਾਂ। ਜੇ ਉਹ ਆਪਣੇ ਮਾਲਕ ਕੋਲ ਚਲੇ ਗਿਆ, ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਸਾਨੂੰ ਰੋਸ ਕਰਨਾ ਚਾਹੀਦਾ? ਖੁਸ਼ ਹੋਣਾ ਚਾਹੀਦਾ। ਤਾਂ ਫਿਰ ਬੇਟਾ ਆਪਾਂ ਤਾਂ ਆਪਣੀ ਕਮੀ ਦੇਖਦੇ ਹਾਂ, ਇਹ ਤਾਂ ਫਿਰ ਸਾਡਾ ਸਵਾਰਥ ਹੋ ਗਿਆ ਨਾ। ਜੇ ਮਾਲਕ ਨੇ ਉਹਦੇ ਉੱਤੇ ਬਖਸ਼ਿਸ਼ ਕਰਤੀ, ਸੋ ਆਪਾਂ ਨਹੀਂ ਐਂ ਸੋਚਣਾ ਬੇਟਾ, ਆਪਾਂ ਤਾਂ ਉਹਦੇ ਭਾਣੇ 'ਚ ਰਹਿਣਾ, ਹਰੇਕ ਨੇ ਇੱਕ ਦਿਨ ਜਾਣਾ ਬੇਟਾ। ਕੋਈ ਇੱਥੇ ਵੱਡੇ ਤੋਂ ਵੱਡਾ ਮਹਾਂਪੁਰਖ ਆਏ ਆ ਉਹ ਰਹਿ ਸਕੇ ਆ ਇੱਥੇ ਬੇਟਾ? ਉਹਨਾਂ ਨੂੰ ਵੀ ਇੱਕ ਦਿਨ ਛੱਡ ਕੇ ਜਾਣਾ ਪਿਆ। ਸੋ ਬੇਟਾ ਇਹ ਤਾਂ ਸੱਚ ਹੈਗਾ ਕਿ ਇੱਕ ਦਿਨ ਜਾਣਾ, ਹੁਣ ਕਿਸ ਵਕਤ ਜਾਣਾ ਇਹ ਹੁਣੇ ਲਿਖਿਆ ਹੋਇਆ। ਹੁਣ ਆਪਾਂ ਜੇ ਰੋਸ ਕਰਾਂਗੇ ਜਾਂ ਆਪਾਂ ਦੁਖੀ ਹੋਵਾਂਗੇ, ਉਸ ਚੀਜ਼ ਨੂੰ ਬਦਲ ਤਾਂ ਸਕਦੇ ਨਹੀਂ ਆਪਾਂ,
ਇਹ ਤਾਂ ਆਪਣੇ ਉੱਤੇ ਹੀ ਬੋਝ ਪਾਈ ਜਾਂਦੇ ਹਾਂ ਬੇਟਾ ਆਪਾਂ। ਸੋ ਇਸ ਕਰਕੇ ਭਾਣੇ 'ਚ ਰਹੀਏ ਬੇਟਾ। ਭੁੱਲਣਹਾਰ ਮਹਾਰਾਜ ਜੀ ਬਖਸ਼ ਲੈਣਾ ਜੀ, ਮਾਤਾ ਪਿਤਾ 'ਤੇ ਵੀ ਮੇਰੇ ਪਰ ਹੱਥ ਰੱਖਣਾ, ਨਾਮ ਧੰਨ ਦੀ ਬਖਸ਼। ਬਾਬਾ ਜੀ ਮੇਰਾ ਫਸਟ ਕੁਐਸਚਨ ਹੈ, ਜਿਸ ਤਰ੍ਹਾਂ ਕੋਈ ਬੱਚਾ ਸਟੱਡੀ ਵਿੱਚ ਵੀਕ ਹੈ, ਉਹਨੂੰ ਆਪਾਂ ਕਿਸੇ ਤਰ੍ਹਾਂ ਕੁਛ ਨਾ ਕੁਛ ਇੰਟਰਸਟਿਡ ਬਣਾ ਕੇ ਪੇਰੈਂਟਸ ਜਾਂ ਟੀਚਰਸ ਗਾਈਡ ਕਰਦੇ ਨੇ, ਇਸੇ ਤਰ੍ਹਾਂ ਕੁਛ ਸਾਨੂੰ ਵੀ ਗਾਈਡ ਕਰੋ, ਅਸੀਂ ਵੀ ਤੁਹਾਡੇ ਵੀਕ ਬੱਚੇ ਹਾਂ, ਕਿ ਸਾਡਾ ਵੀ ਮਨ ਭਜਨ ਸਿਮਰਨ ਨੂੰ ਭੱਜ ਕੇ ਕਰੇ ਪੂਰੇ ਇੰਟਰਸਟ ਨਾਲ। ਬੇਟਾ ਕਈ ਚੀਜ਼ਾਂ ਹੁੰਦੀਆਂ ਜ਼ਿੰਦਗੀ ਵਿੱਚ ਜਿਹੜੀਆਂ ਸਿਖਾਈਆਂ ਜਾਂਦੀਆਂ, ਔਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪ ਸਿੱਖਣੀਆਂ ਪੈਂਦੀਆਂ ਬੇਟਾ, ਠੀਕ ਹੈ ਨਾ। ਹੁਣ ਬੱਚੇ ਨੂੰ ਤੁਸੀਂ ਥੋੜ੍ਹਾ ਜਿਹਾ ਸ਼ੁਰੂ ਸ਼ੁਰੂ ਵਿੱਚ ਦੱਸਦੇ ਹੋ ਕਿ ਕਿਵੇਂ ਚੱਲਣਾ, ਚੱਲਣਾ ਉਹਨੇ ਆਪ ਹੈ ਬੇਟਾ। ਕਿੰਨੀ ਕੁ ਦੇਰ ਤੁਸੀਂ ਉਹਨੂੰ ਉਂਗਲੀ ਫੜ ਕੇ ਸਮਝਾਈ ਜਾਓਗੇ ਬੇਟਾ, ਉਹ ਆਪ ਸਿੱਖਦਾ ਕਿ ਨਹੀਂ ਸਿੱਖਦਾ? ਹਾਂਜੀ, ਆਪਣੀ ਲੋੜ ਨੂੰ ਸਿੱਖਦਾ। ਸੋ ਇਸ ਕਰਕੇ ਬੇਟਾ ਇਸ ਵਕਤ ਸਾਨੂੰ ਉਸ ਚੀਜ਼ ਦੀ ਲੋੜ ਨਹੀਂ ਇੰਨੀ ਮਹਿਸੂਸ ਹੋ ਰਹੀ, ਇਸੇ ਕਰਕੇ ਆਪਾਂ ਧਿਆਨ ਨਹੀਂ ਦੇ ਰਹੇ। ਨਹੀਂ, ਜਿਸ ਤਰ੍ਹਾਂ ਬਾਬਾ ਜੀ ਇੱਥੇ ਹੁਣ ਜਥੇਦਾਰ ਸੁਬਹਾ 3 ਵਜੇ ਕਈ ਵਾਰੀ ਆਈਦਾ, ਤੇ 3 ਵਜੇ ਵੀ ਬਾਂਹ ਤੋਂ ਪਕੜ ਕੇ ਉਠਾ ਲੈਂਦੇ ਨੇ, ਤੇ ਤੁਸੀਂ ਵੀ ਆਇਆ ਕਰੋ ਇਸ ਤਰ੍ਹਾਂ ਬਾਂਹ ਤੋਂ ਪਕੜ ਕੇ ਉਠਾਇਆ ਕਰੋ ਸਾਨੂੰ। ਮੈਂ ਤਾਂ ਬਥੇਰੀ ਵਾਰੀ ਆਉਂਦਾ, ਤੁਸੀਂ ਉੱਠਦੇ ਹੀ ਨਹੀਂ, ਇੰਨੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਹੁੰਦੇ ਹੋ। ਮੈਂ ਤਾਂ ਰੋਜ਼ ਇੱਥੇ ਬੈਠਾ ਹੁੰਦਾ, ਤੁਸੀਂ ਵੀ ਕਦੇ ਆ ਜਾਇਆ ਕਰੋ। ਬਾਬਾ ਜੀ ਮੇਰਾ ਸੈਕਿੰਡ ਕੁਐਸਚਨ ਹੈ ਕਿ 1.5 ਸਾਲ ਪਹਿਲਾਂ ਮੇਰੇ ਛੋਟੇ ਬ੍ਰਦਰ ਦੀ ਡੈਥ ਹੋ ਗਈ ਸੀ। ਇੱਕ ਦਿਨ ਪਹਿਲਾਂ ਹੀ ਬਿਆਸ ਧੋ ਕੇ ਗਿਆ ਸੀ, ਅਤੇ ਰਾਤ ਨੂੰ ਉਹਨੇ ਬਾਬਾ ਨਾਲ ਬਹੁਤ ਗੱਲਾਂ ਕੀਤੀਆਂ ਕਿ ਮੈਂ ਬਾਬਾ ਜੀ ਅਤੇ ਡਰਾਈਵਰ ਨੂੰ ਮਿਲਿਆ ਸੀ, ਮੈਂ ਉੱਥੇ ਜਾ ਕੇ ਡਰਾਈਵਰ ਹੀ ਲੱਗ ਜਾਣਾ ਬਾਬਾ ਜੀ ਦਾ, ਮੈਂ ਡੇਰੇ ਹੀ ਰਹਿਣਾ। ਅਤੇ ਅਗਲੇ ਦਿਨ ਹੀ ਉਹਦੀ ਡੈਥ ਹੋ ਗਈ। ਅਤੇ ਹੁਣ ਨਾ ਮੰਮਾ ਨੂੰ ਬੜਾ ਹੀ ਚਿੰਤਾ ਰਹਿੰਦੀ ਹੈ ਕਿ ਮੰਮਾ ਕਹਿੰਦੇ ਕਿ ਮੈਂ ਵੀ ਮੈਨੂੰ ਮੈਂ ਜਦੋਂ ਡੇਰੇ ਜਾਣੀ, ਮੰਮਾ ਕਹਿੰਦੇ ਮੈਨੂੰ ਇੱਕ ਵਾਰੀ ਕਿਸ ਤਰ੍ਹਾਂ ਦਿਖੇ ਜਾਂ ਕੁਛ ਇਸ ਤਰ੍ਹਾਂ। ਦੇਖੋ ਬੇਟਾ, ਜਿਸਮ ਔਰ ਆਤਮਾ, ਜਿਸਮ ਤਾਂ ਅਗਨੀ ਦੇ ਸਪੁਰਦ ਹੋ ਗਿਆ, ਖਤਮ ਹੋ ਗਿਆ ਜਿਸਮ, ਤਾਂ ਅਸੀਂ ਕੀ ਦੇਖਾਂਗੇ ਬੇਟਾ? ਜਿਹੜੀ ਆਤਮਾ ਹੈ ਉਹ ਵਾਪਸ ਪਰਮਾਤਮਾ ਵਿੱਚ ਜਾ ਕੇ ਸਮਾ ਗਈ। ਹੁਣ ਇਹ ਤੁਹਾਨੂੰ ਯਾਦ ਹੈ ਕਿਉਂਕਿ ਤੁਸੀਂ ਜਿਸਮ ਦੇ ਦਾਇਰੇ ਵਿੱਚੋਂ। ਜੇ ਤੁਸੀਂ ਉਸ ਆਤਮਾ ਨੂੰ ਪੁੱਛੋ ਨਾ, ਤੇਰੇ ਮਾਂ ਪਿਓ, ਤੇਰੇ ਭੈਣ ਭਰਾ, ਤੇਰੇ ਹੋਰ, ਉਹਨੂੰ ਕੋਈ ਅਹਿਸਾਸ ਨਹੀਂ ਗਾ, ਉਹਨੂੰ ਨਹੀਂ ਪਤਾ ਕੌਣ ਹੈ ਮੇਰੇ। ਉਹ ਤਾਂ ਜਿਸਮ ਨੂੰ ਛੱਡ ਗਈ, ਔਰ ਜਿਸਮ ਨੂੰ ਛੱਡ ਗਈ ਇਹ ਜਿਸਮ ਦੇ ਸਾਰੇ ਰਿਸ਼ਤੇ ਨਾਂ 'ਤੇ ਭੁੱਲ ਗਿਆ ਸਾਰੇ। ਆਪਾਂ ਨੂੰ ਯਾਦ ਹੈ ਪੁਰਾਣੇ ਰਿਸ਼ਤੇ ਨਾਂ 'ਤੇ ਆਪਣੇ ਬੇਟਾ। ਸੋ ਇਸ ਕਰਕੇ ਇਹ ਸਾਡਾ ਦਾਇਰਾ ਛੋਟਾ ਬੇਟਾ। ਜਿਸ ਤਰ੍ਹਾਂ ਬਾਬਾ ਜੀ ਮੇਰਾ ਬੇਟਾ ਵੀ ਉਹਨਾਂ ਨੂੰ ਕਈ ਵਾਰੀ ਕਹਿੰਦਾ ਹੈ ਕਿ ਉਹ ਚਾਚੂ ਬਾਬਾ ਜੀ ਕੋਲ ਚਲੇ ਗਏ ਨੇ, 5 ਸਾਲ ਦਾ ਜੀ, ਅਤੇ ਚਾਚੂ ਬਾਬਾ ਜੀ ਕੋਲ ਚਲੇ ਗਏ ਨੇ, ਅਤੇ ਬਾਬਾ ਜੀ ਉਹਨੂੰ ਉਹਨਾਂ ਦੀ ਪੂਰੀ ਕੇਅਰ ਕਰਦੇ ਪਏ ਨੇ, ਅਤੇ ਮੰਮਾ ਫਿਰ ਥੋੜ੍ਹਾ ਬਹੁਤਾ ਹੌਂਸਲਾ ਆ ਜਾਂਦਾ। ਬੇਟਾ ਸਾਰੇ ਹੀ ਮਾਲਕ ਕੋਲ ਜਾਣਾ, ਆਪਾਂ ਸਾਰੇ ਹੀ ਉਹਦੀਆਂ ਆਤਮਾ ਹੈ ਤਾਂ ਜਾਣਾ ਸਾਰਿਆਂ ਨੇ ਹੀ ਨਾ। ਹਾਂਜੀ, ਹੁਣ ਇਹ ਤਾਂ ਸਾਡੇ ਉੱਤੇ ਮਨੁੱਸਰ ਹੈ, ਕੋਈ ਆਪਣਾ ਬੋਝ ਹਲਕਾ ਕਰਕੇ ਛੇਤੀ ਪਹੁੰਚ ਜਾਂਦਾ, ਕੋਈ ਬੋਝ ਬੁਝਾਈ ਜਾਂਦਾ, ਉਹਦੀ ਚਾਲ ਹੌਲੀ ਹੋ ਜਾਂਦੀ ਹੈ। ਸੋ ਆਪਾਂ ਤਾਂ ਬੇਟਾ ਭਾਣੇ 'ਚ ਰਹਿਣਾ। ਬਾਬਾ ਜੀ ਤੁਹਾਡੇ ਤੋਂ ਬਹੁਤ ਦੂਰ ਹੋ ਚੁੱਕਿਆ ਅੱਗੇ ਨਾਲੋਂ। ਜੋ ਛੋਟਾ ਹੁੰਦਾ ਸੀਗਾ, ਮਤਲਬ ਤੁਹਾਡੇ ਵੱਲ ਬਹੁਤ ਧਿਆਨ ਸੀ ਮੇਰਾ, ਅਤੇ ਮੈਨੂੰ ਅਚਾਨਕ ਡਰ ਜਿਹਾ ਲੱਗਣ ਲੱਗ ਗਿਆ, ਅਤੇ ਮੈਂ ਤੁਹਾਡੇ ਤੋਂ ਦੂਰ ਹੋ ਗਿਆ ਬਾਬਾ ਜੀ। ਬੇਟਾ ਦੇਖੋ, ਹੁਣ ਜ਼ਿੰਦਗੀ 'ਚ ਹਰੇਕ ਚੀਜ਼ ਨਾ ਲੋੜ ਨਾਲ ਚੱਲਦੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਨਾ, ਸਾਨੂੰ ਲੋੜ ਹੈ ਕਿ ਸਰੀਰ 'ਚ ਤਾਕਤਵਰ ਰਹੇ, ਆਪਾਂ ਰੋਟੀ ਖਾਂਦੇ ਹਾਂ, ਸਰੀਰ ਥੱਕੇ ਨਾ ਆਪਾਂ ਸੌਂਦੇ ਹਾਂ। ਲੋੜ ਸ਼ੁਰੂ ਹੁੰਦੀ ਹੈ ਤਾਂ ਆਪਾਂ ਕਦਮ ਚੁੱਕਦੇ ਹਾਂ ਬੇਟਾ। ਹੁਣ ਆਪਾਂ ਭਟਕ ਜਾਂਦੇ ਹਾਂ ਕਿਉਂਕਿ ਸਾਡਾ ਧਿਆਨ ਦੁਨੀਆ ਵਿੱਚ ਫੈਲ ਜਾਂਦਾ ਬੇਟਾ। ਸਾਨੂੰ ਇਹ ਜਿਹੜੀਆਂ ਦੁਨੀਆ ਦੇ ਰੰਗ ਤਮਾਸ਼ੇ ਆ ਨਾ, ਸਾਨੂੰ ਉਹ ਜ਼ਿਆਦਾ ਛੇਤੀ ਦਿਖਾਈ ਦਿੰਦੇ ਆ। ਅੰਦਰ ਮਿਹਨਤ ਕਰਨੀ ਪੈਂਦੀ ਹੈ, ਮਗਰ ਮਿਲੂਗਾ ਅੰਦਰੋਂ, ਬਾਹਰੋਂ ਨਹੀਂ ਮਿਲਣਾ ਬੇਟਾ। ਇਹ ਤਾਂ ਭਰਮ ਹੈਗਾ ਇੱਕ। ਸੋ ਇਸ ਕਰਕੇ ਬੇਟਾ, ਉਹ ਤਾਂ ਦੇਣ ਨੂੰ ਤਿਆਰ ਹੈ, ਆਪਾਂ ਲੈਣ ਵਾਲੇ ਬਣੀ, ਲੋੜ ਸਾਨੂੰ ਹੈ। ਪਹਿਲੇ ਯਾਰ ਕੀ ਦਇਆ ਕਰੋ ਬਾਬਾ ਜੀ। ਬਾਬਾ ਜੀ ਵਿਸ਼ਵਾਸ ਡੋਲ ਜਾਂਦਾ ਮੇਰਾ, ਸਾਰਿਆਂ ਦਾ ਹੀ ਡੋਲਦਾ ਬੇਟਾ, ਕਿਉਂਕਿ ਆਪਾਂ ਵਿਸ਼ਵਾਸ ਆਪਣਾ ਜੋੜਿਆ ਹੋਇਆ ਹੈ ਕਿ ਜੋ ਸਾਡੀ ਇੱਛਾ ਹੈਗੀ ਹੈ, ਸਾਡੀ ਚਾਹਤ ਹੈ, ਉਹ ਪੂਰੀ ਹੋਵੇ। ਜਦੋਂ ਨਹੀਂ ਹੁੰਦੀ ਹੈ ਅਸੀਂ ਸਾਡਾ ਅਸੀਂ ਡੋਲ ਜਾਂਦੇ ਹਾਂ ਬੇਟਾ। ਮਗਰ ਕੀ ਆਪਾਂ ਬਿਹਤਰ ਜਾਣਦੇ ਹਾਂ ਕਿ ਉਹ ਬਿਹਤਰ ਜਾਣਦਾ?
ਜੇ ਉਹ ਬਿਹਤਰ ਜਾਣਦਾ ਤਾਂ ਆਪਾਂ ਤਾਂ ਭਾਣੇ 'ਚ ਰਹਿਣਾ। ਫਿਰ ਮੈਂ ਇਹੀ ਬੇਨਤੀ ਕੀਤੀ ਕਿ ਆਪਾਂ ਸ਼ੁਰੂ ਤੋਂ ਆਪਣੀ ਚਾਹਤ ਨੂੰ ਜ਼ਿਆਦਾ ਅਹਿਮ ਮੰਨਿਆ, ਗਲਤ ਚੀਜ਼ਾਂ ਮੰਗ ਕੇ ਬੈਠ ਗਏ ਇਸੇ ਕਰਕੇ ਕਰਮ ਕਾਂਡ 'ਚ ਫਸ ਕੇ। ਤਾਂ ਜੇ ਉਹਦੇ ਭਾਣੇ 'ਚ ਰਵਾਂਗੇ ਫਿਰ ਸਾਡਾ ਕਾਹਦਾ ਕਰਮ ਬੇਟਾ, ਫਿਰ ਤਾਂ ਉਹਦੀ ਜ਼ਿੰਮੇਵਾਰੀ ਹੈ। ਜੇ ਅਸੀਂ ਆਪਣੀ ਮੰਗ ਦੇ ਨਾਲ ਚੱਲਾਂਗੇ ਫਿਰ ਸਾਡਾ ਬੋਝ ਹੈ। ਬਾਬਾ ਜਿਹੜਾ ਮੈਂ ਪਹਿਲਾਂ ਮੈਨੂੰ ਡਰ ਸੀਗਾ, ਇਹ ਜਾਂ ਭਜਨ ਸਿਮਰਨ ਵਿੱਚ ਹੀ ਡਰ ਆਏਗਾ ਬਾਬਾ ਜੀ? ਕੋਈ ਡਰ ਨਹੀਂ ਬੇਟਾ, ਡਰ ਇਹ ਮਨ ਦੀ ਚਾਲ ਹੈ, ਮਨ ਵਿੱਚ ਕੋਈ ਤਾਕਤ ਨਹੀਂ। ਮਨ ਨੂੰ ਤਾਕਤ ਆਪਾਂ ਦਿੰਦੇ ਹਾਂ ਜਦੋਂ ਆਪਾਂ ਡਰ ਜਾਂਦੇ, ਮਨ ਕੁਛ ਨਹੀਂ ਕਰ ਸਕਦਾ। ਬਾਬਾ ਜੀ ਮੈਂ ਮੇਰੇ ਘਰ ਪਾਪਾ ਨਾਲ ਨਹੀਂ ਬਣਦੀ ਜੀ, ਲੜਾਈ ਹੋ ਜਾਂਦੀ ਉਹਨਾਂ ਨਾਲ। ਨਹੀਂ ਬੇਟਾ, ਕਦਰ ਕਰਨੀ ਚਾਹੀਦੀ ਹੈ, ਮਾਂ ਪਿਓ ਆਪਣਾ ਭਲਾ ਹੀ ਚਾਹੁੰਦੇ ਹੈ। ਇਹ ਠੀਕ ਹੈ ਕਿ ਤੁਹਾਡੀ ਸੋਚ ਅਲੱਗ ਹੋ ਸਕਦੀ ਹੈ, ਉਹਨਾਂ ਦੀ ਸੋਚ ਅਲੱਗ ਹੋ ਸਕਦੀ ਹੈ, ਮਗਰ ਇਹ ਲੜਾਈ ਝਗੜੇ ਨਾਲ ਨਹੀਂ ਚੱਲਣਾ ਬੇਟਾ। ਨਹੀਂ ਬਾਬਾ ਜੀ, ਪਿਆਰ ਬਹੁਤ ਹੈ ਇੱਕ ਦੂਜੇ ਨਾਲ, ਪਾਪਾ ਬਹੁਤ ਕਰਦੇ ਜੀ ਨਾਲ ਮੇਰਾ, ਅਤੇ ਮੈਂ ਵੀ ਸੋਚਦਾ ਵੀ ਫਿਊਚਰ 'ਚ ਉਹਨਾਂ ਨਾਲ ਪੂਰਾ ਉਨਾ ਹੀ ਉਸ ਤੋਂ ਵੱਧ ਕਰਕੇ ਵਿਖਾਵਾਂ। ਪਰ ਬਾਬਾ ਜੀ ਆਪਾਂ ਨੂੰ ਬੇਟਾ ਕਦੇ ਵੀ ਅੱਗੇ ਨਹੀਂ ਬੋਲਣਾ ਚਾਹੀਦਾ, ਹੁਕਮ ਮੰਨਣਾ ਚਾਹੀਦਾ, ਠੀਕ ਹੈ ਨਾ? ਉਹ ਆਪਣਾ ਭਲਾ ਸੋਚਦੇ ਆ, ਸਾਡਾ ਹਾਲੇ ਦਾਇਰਾ ਇੰਨਾ ਨਹੀਂ ਖੁੱਲ੍ਹਿਆ ਕਿ ਸਾਨੂੰ ਪਤਾ ਲੱਗ ਜਾਏ ਕਿ ਜੀ ਉਹਨਾਂ ਨੇ ਦੁਨੀਆ ਦੇਖੀ ਹੈ, ਆਪਾਂ ਨਹੀਂ ਦੇਖੀ ਹਾਲੇ ਬੇਟਾ। ਇਸ ਕਰਕੇ ਕਦੇ ਵੀ ਆਪਾਂ ਨੂੰ ਅੱਗੇ ਨਹੀਂ ਬੋਲਣਾ ਚਾਹੀਦਾ ਬੇਟਾ। ਨਾਮ ਦਾ ਬਖਸ਼ਿਸ਼ ਕਰਿਓ, ਔਰ ਮੰਮਾ ਪਾਪਾ ਨੂੰ ਹਮੇਸ਼ਾ ਖੁਸ਼ ਰੱਖਿਓ ਅਤੇ ਸਾਰੇ ਜੀਵਾਂ ਦੇ ਮੇਹਰ ਪਰ ਹੱਥ ਰੱਖਿਓ। ਬਸ ਬਾਬੇ ਜੀ, ਘਰ 'ਚ ਜਦੋਂ ਵੀ ਕੋਈ ਦੁੱਖ ਤਕਲੀਫ ਆਉਂਦੀ ਹੈ ਜੀ, ਅੱਜ ਕੱਲ੍ਹ ਦੇ ਦੌਰ 'ਚ ਬਾਬੇ ਜੀ, ਸਭ ਤੋਂ ਪਹਿਲਾਂ ਅਸੀਂ ਸਿਆਣਿਆਂ ਕੋਲ ਭੱਜੀਦਾ ਜੀ ਵੀ ਸਾਡਾ ਹੱਲ ਕਰੋ। ਉਹ ਬਾਬੇ ਜੀ ਸਾਨੂੰ ਅੰਧ ਵਿਸ਼ਵਾਸਾਂ 'ਚ ਪਾਉਂਦੇ ਆ ਜੀ, ਉਹ ਚੀਜ਼ਾਂ ਸਾਨੂੰ ਤੁਹਾਡੇ ਤੋਂ ਦੂਰ ਕਰਨੀਆਂ ਜੀ। ਬੇਟਾ ਜੀ, ਸਿਆਣੇ ਆਪਣੀ ਦੁੱਖ ਤਕਲੀਫ ਦੂਰ ਕਰ ਸਕਦੇ ਤਾਂ ਦੁਨੀਆ ਕਿਉਂ ਦੁਖੀ ਹੁੰਦੀ ਬੇਟਾ, ਦੱਸੋ ਮੈਨੂੰ? ਉਹ ਕਾਹਦੇ ਵਾਸਤੇ ਕਰਦੇ ਆ? ਪੈਸਾ ਲੈ ਕੇ ਕਰਦੇ? ਹਾਂਜੀ। ਤਾਂ ਫਿਰ ਉਹ ਆਪਣੀ ਕਮਾਈ ਕਿਉਂ ਨਹੀਂ ਕਰ ਲੈਂਦੇ ਫਿਰ? ਪਰ ਬਾਬਾ ਜੀ ਮਨ ਡੋਲਦਾ ਜੀ ਉਦੋਂ। ਬੇਟਾ ਕੀ ਤੁਸੀਂ ਸੋਚਦੇ ਹੋ? ਫਿਰ ਤਾਂ ਡਾਕਟਰਾਂ ਦੀ ਲੋੜ ਨਹੀਂ ਗੀ, ਫਿਰ ਸਿਆਣੇ ਕੋਲ ਚਲੇ ਜਾਓ, ਤੁਹਾਡਾ ਸਾਰਾ ਕੁਛ ਠੀਕ ਕਰ ਦੂਗਾ। ਕਿਹੜੇ ਭਰਮਾਂ ਵਿੱਚ ਪਏ ਵੇ ਆ ਬੇਟਾ? ਹੁਣ ਦੇਖੋ, ਮੈਂ ਬੇਨਤੀ ਕੀਤੀ ਕਿ ਜਿਸ ਦੌਰ 'ਚੋਂ ਗੁਜ਼ਰ ਰਹੇ ਹੈ ਉਹ ਸਾਡੀ ਕਿਸਮਤ ਦੇ ਨਾਲ ਜੁੜਿਆ ਹੋਇਆ, ਸਾਡੀ ਕਿਸਮਤ ਬਣੀ ਹੈ ਸਾਡੇ ਕਰਮਾਂ ਕਰਕੇ, ਜੈਸੀ ਕਰਨੀ ਵੈਸੀ ਭਰਨੀ, ਠੀਕ ਹੈ? ਉਹਨੂੰ ਕੋਈ ਬਦਲ ਨਹੀਂ ਸਕਦਾ। ਹੁਣ ਇੱਕ ਪਾਸੇ ਆਪਾਂ ਕਹਿੰਦੇ ਹਾਂ ਜੀ ਮਾਲਕ ਨੇ ਕਿਸਮਤ ਬਣਾਈ ਹੈ, ਤਾਂ ਦੂਜਾ ਕੋਈ ਸਿਆਣਾ ਉਹ ਮਾਲਕ ਦੀ ਕਿਸਮਤ ਨੂੰ ਮਾਲਕ ਦੀ ਹੋਣੀ ਨੂੰ ਟਾਲ ਸਕਦਾ, ਬਦਲ ਸਕਦਾ ਕੋਈ? ਫਿਰ ਬੇਟਾ ਆਪਾਂ ਪੜ੍ਹੇ ਲਿਖੇ ਹੋ ਕੇ ਸਾਰਾ ਲੌਜਿਕ ਰੀਜ਼ਨਿੰਗ ਕਿੱਥੇ ਚਲੇ ਜਾਂਦੀ ਹੈ ਸਾਡੀ? ਬਾਬਾ ਜੀ ਕਰਦੇ ਕਰਦੇ ਆ ਜੀ, ਮੈਂ ਉਹਨਾਂ ਨੂੰ ਬੇਟਾ ਵੱਡੇ ਤੋਂ ਰੋਕਦਾ ਜੀ। ਵੱਡੇ ਤੋਂ ਵੱਡਾ ਬਾਬਾ ਕਿਉਂ ਨਾ ਆ ਜੇ, ਉਹ ਤੁਹਾਡੀ ਕਿਸਮਤ ਨਹੀਂ ਬਦਲ ਸਕਦਾ, ਨਹੀਂ ਬਦਲ ਸਕਦਾ। ਹਾਂ, ਤੁਹਾਨੂੰ ਯੁਗਤੀ ਦੱਸ ਸਕਦਾ ਕਿ ਭਜਨ ਸਿਮਰਨ ਕਰੋ, ਮਾਲਕ ਨਾਲ ਰਿਸ਼ਤਾ ਜੋੜੋ, ਜਦੋਂ ਤੁਸੀਂ ਉਸ ਚੀਜ਼ 'ਚੋਂ ਗੁਜ਼ਰੋਗੇ ਉਹ ਸੂਲੀ ਦੀ ਸੂਲ ਹੋ ਜੂਗੀ। ਮਗਰ ਜੇ ਕੋਈ ਇਹ ਕਹੇ ਨਾ ਕਿ ਤੁਹਾਡੀ ਕਿਸਮਤ ਬਦਲ ਸਕਦਾ, ਇਹ ਨਹੀਂ ਹੋ ਸਕਦਾ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਫਿਰ ਹੁਣ ਜੋ ਮਹਾਂਪੁਰਖ ਗੁਰੂ ਸਾਹਿਬਾਨ ਆਏ ਹੈ ਉਹ ਸਾਰਾ ਕੁਛ ਸਮਝਾ ਕੇ ਗਏ, ਆਪਾਂ ਫਿਰ ਡੋਲ ਜਾਂਦੇ ਹਾਂ ਬੇਟਾ। ਜੇ ਉਹ ਦੂਜਿਆਂ ਦੀ ਕਿਸਮਤ ਬਦਲ ਸਕਦੇ ਤਾਂ ਤੁਹਾਡੀ ਆਪਣੀ ਕਿਸਮਤ ਕਿਉਂ ਨਹੀਂ ਬਦਲੀ ਉਹਨਾਂ ਨੇ? ਉਹ ਬੈਠੇ ਹੁੰਦੇ ਮਹਿਲਾਂ ਵਿੱਚ ਹੁਣ ਤੱਕ। ਹੁਣ ਇੱਕ ਜਣਾ ਆਪਣੀ ਕਿਸਮਤ ਤਾਂ ਬਦਲ ਨਹੀਂ ਸਕਦਾ, ਉਹਨੂੰ ਆਪਣਾ ਤਾਂ ਪਤਾ ਨਹੀਂ ਗਾ। ਉਹ ਕਬੀਰ ਸਾਹਿਬ ਦੀ ਬਾਣੀ ਹੈ ਨਾ, ਪੜ ਪੜ ਪੰਡਿਤ ਅਵਰ ਸਮਝਾਏ, ਘਰ ਆਪਣੇ ਕੀ ਖਬਰ ਨਾ ਪਾਏ। ਆਪਣੇ ਘਰ ਵਿੱਚ ਵਿਧਵਾ ਕੁੜੀ ਬੈਠੀ ਸੀ, ਦੂਜਿਆਂ ਦੀ ਉਹ ਪਤੀ ਖੋਲ੍ਹ ਕੇ ਦੇਖ ਕੇ ਦੱਸ ਰਿਹਾ ਕਿ ਵਕਤ ਕਿਹੜਾ ਚੰਗਾ, ਤਾਂ ਉਹਦੀ ਨਹੀਂ ਦੇਖੀ ਸੀਗੀ? ਕਿਹੜੇ ਭਰਮਾਂ 'ਚ ਪਏ ਗਏ ਬੇਟਾ? ਆਪਣੇ ਆਪ ਨੂੰ ਤਾਕਤਵਰ ਬਣਾਓ ਬੇਟਾ, ਕਿ ਅਸੀਂ ਕਿਸੇ ਦੇ ਉੱਤੇ ਮੁਹਤਾਜ ਨਾ ਹੋਈਏ। ਅਸੀਂ ਨਹੀਂ ਮੁਹਤਾਜ ਹੋਣਾ। ਦੇਖੋ ਆਪਾਂ ਤਾਂ ਆਪਣੇ ਆਪ ਨੂੰ ਮੰਗਤਾ ਬਣਾ ਲਈ। ਹੁਣ ਸਾਰੇ ਕਦੇ ਆਪਾਂ ਕੁਛ ਮੰਗਦੇ ਹਾਂ, ਕਦੇ ਕੁਛ ਮੰਗਦੇ ਹਾਂ। ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਖੁਦ ਮੁਖਤਿਆਰ ਹੋਣਾ। ਖੁਦ ਮੁਖਤਿਆਰ ਕਿੱਥੋਂ ਹੋਵਾਂਗੇ ਜੇ 24 ਘੰਟੇ ਮੇਰੇ ਮਨ 'ਚ ਕੋਈ ਮੰਗ ਹੀ ਰਹੂਗੀ? ਸੋ ਬੇਟਾ ਮਿਲੂਗਾ, ਅੰਦਰੋਂ ਮਿਲੂਗਾ।
ਇਹ ਨਾ ਕੋਈ ਬਾਹਰੋਂ ਦੇ ਸਕਦਾ ਤੇ ਨਾ ਕੋਈ ਤੁਹਾਡੀ ਕਿਸਮਤ ਬਦਲ ਸਕਦਾ। ਸੋ ਇਹਨਾਂ ਚੀਜ਼ਾਂ 'ਚ ਨਾ ਪਾਓ ਬੇਟਾ, ਸਾਹਮਣਾ ਕਰੋ। ਜੇ ਸਾਹਮਣਾ ਕਰੋਗੇ ਉਹ ਤਾਕਤ ਬਖਸ਼ੂਗਾ ਕਿ ਹਰੇਕ ਦੁੱਖ ਤਕਲੀਫ 'ਚੋਂ ਨਿਕਲ ਸਕੋ। ਔਰ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੀ ਦੁੱਖ ਤਕਲੀਫ ਕੋਈ ਇੱਥੇ ਜਾ ਕੇ ਘੱਟ ਹੋ ਜੂਗੀ, ਹੋਣਾ ਉਹੀ ਹੈ, ਹੋਣਾ ਫਿਰ ਵੀ ਉਹੀ ਹੈ। ਬਾਬਾ ਜੀ ਮੈਨੂੰ ਨਾਮਦਾਨ ਨਹੀਂ ਮਿਲਿਆ, ਬਟ ਮੈਂ ਜਦੋਂ ਵੀ ਤੁਹਾਡਾ ਧਿਆਨ ਕਰਦਾ ਜੀ, ਵੱਧ ਤੋਂ ਵੱਧ ਇੱਕ ਜਾਂ ਦੋ ਮਿੰਟ ਤੁਹਾਡਾ ਸਰੂਪ ਅੱਖਾਂ ਅੱਗੇ ਰਹਿੰਦਾ ਜੀ, ਉਸ ਤੋਂ ਬਾਅਦ ਬਾਬਾ ਜੀ ਧਿਆਨ ਪਟ ਕੇ ਜਾਂਦੇ। ਜਿਹਨਾਂ ਨੂੰ ਮਿਲਿਆ ਉਹਨਾਂ ਨੂੰ ਤਾਂ ਇੱਕ ਦੋ ਮਿੰਟ ਵੀ ਨਹੀਂ ਹੁੰਦਾ, ਤੈਨੂੰ ਇੱਕ ਦੋ ਮਿੰਟ ਤਾਂ ਹੋ ਜਾਂਦਾ, ਖੁਸ਼ ਹੋ। ਹਾਂ ਫਿਰ ਵੀ ਬਾਬਾ ਜੀ ਤਾਕਤ ਬਖਸ਼ੋ ਬੇਟਾ, ਆਪਾਂ ਟਿਕਾਣਾ ਹੈ ਨਾ ਮਨ ਨੂੰ, ਮਨ ਨੂੰ ਟਿਕਾਵਾਂਗੇ, ਹੁਕਮ ਵਿੱਚ ਰਵਾਂਗੇ, ਉਹਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡਣੀ। ਲੜ ਲੱਗਣਾ ਉਹਦੇ ਲੜ ਲੱਗੋ। ਜੇ ਮੇਰੇ ਵੱਸ ਵਿੱਚ ਹੈ ਕਿ ਮੈਂ ਰਾਜੇ ਦੇ ਨਾਲ ਦੋਸਤੀ ਕਰ ਸਕਾਂ, ਤਾਂ ਮੈਂ ਕਿਉਂ ਕਿਸੇ ਅਹਿਲਕਾਰ ਦੇ ਨਾਲ ਜਾਂ ਕਿਸੇ ਸਿਪਾਹੀ ਦੇ ਨਾਲ ਜਾਂ ਉਹਦੇ ਨਾਲ ਕਰੂੰਗਾ ਬੇਟਾ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀਂ ਕੋਏ, ਦੇਣ ਵਾਲਾ ਉਹ ਹੈ। ਅਜੇ ਮੰਗਣਾ ਉਸ ਤੋਂ ਮੰਗੀ, ਆਪਾਂ ਹੋਰ ਕਿਸੇ ਤੋਂ ਕਿਉਂ ਮੰਗਦੇ। ਬਾਬਾ ਜੀ ਮਤਲਬ ਨਾਮ ਦਾਨ ਬੜੇ ਚਿਰਾਂ ਦਾ ਮਿਲਿਆ, ਪਰ ਹੁਣ ਪਤਾ ਨਹੀਂ ਕੀ ਹੋ ਗਿਆ, ਭਜਨ ਸਿਮਰਨ ਸੇਵਾ 'ਚ ਨਾ ਬਹੁਤ ਲੱਗਦਾ ਅਤੇ ਇਸ ਪਤਾ ਨਹੀਂ ਕੀ ਹੋ ਗਿਆ। ਪਰਖਾਂ 'ਚ ਨਾ ਪਾਓ, ਆਪਣੇ ਵੱਲੋਂ ਤੁਸੀਂ ਵਕਤ ਕੱਢ ਕੇ ਦਿਓ। ਹਾਂਜੀ ਠੀਕ ਹੈ ਨਾ, ਜੇ ਤੁਸੀਂ ਆਪਣੇ ਵੱਲੋਂ, ਦੇਖੋ ਅਸੀਂ ਨਹੀਂ ਬਣਾ ਸਕਦੇ, ਅਸੀਂ ਸੋਚਦੇ ਹਾਂ ਕਿ ਅਸੀਂ ਬਣਾਵਾਂਗੇ, ਸਾਡੇ ਵੱਸ ਦੀ ਗੱਲ ਨਹੀਂ ਗੀ। ਆਪਾਂ ਕਈ ਜਨਮ ਲੈ ਲਈਏ ਨਾ, ਫਿਰ ਵੀ ਨਹੀਂ ਸਾਡੇ ਤੋਂ ਬਣਨਾ। ਆਪਾਂ ਤਾਂ ਆਪਣੇ ਆਪ ਨੂੰ ਭਾਂਡਾ, ਆਪਾਂ ਬਰਤਨ ਨੂੰ ਸਾਫ਼ ਰੱਖਣਾ, ਆਪਣਾ ਬਰਤਨ ਸਾਫ਼ ਰੱਖੋ, ਔਰ ਜੋ ਆਪਾਂ ਜ਼ਿੰਮੇਵਾਰੀ ਲਿੱਤੀ ਹੈ ਕਿ ਆਪਾਂ ਵਕਤ ਦੇਣਾ ਉਹ ਦਿਓ, ਬਾਕੀ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ। ਸੇਵਾ 'ਚ ਤਾਂ ਹਰ ਜਗ੍ਹਾ ਜਿੱਥੇ ਮਰਜ਼ੀ ਭੱਜ ਦੋ ਕਰੀ ਜਾਂਦੇ ਹਾਂ, ਜਦੋਂ ਉਹ ਟਾਈਮ ਉਹਦੀ ਐਂ ਲੱਗਦਾ ਇਸ ਤਰ੍ਹਾਂ ਕਦੀ ਸੁੱਤੇ ਹੀ ਨਹੀਂ, ਇੱਦਾਂ ਹੀ ਨੀਂਦ ਆ ਜਾਂਦੀ। ਪਰ ਇਹ ਸੇਵਾ ਕਾਹਦੇ ਵਾਸਤੇ ਕਰਦੇ ਹਾਂ? ਬਾਹਰਲੀ ਸੇਵਾ ਤਾਂ ਮਨ ਵਿੱਚ ਨਿਮਰਤਾ ਲਿਆਉਣ ਵਾਸਤੇ ਹੈ ਨਾ, ਕਿ ਭਜਨ ਸਿਮਰਨ ਨਿਭਾ ਸਕੀਏ। ਹਾਂਜੀ ਅਸਲ ਤਾਂ ਉਹੀ ਹੈ ਨਾ, ਇਹ ਸੇਵਾ ਚਾਕਰੀ ਨਾਮ ਵਸੇ ਮਨ ਆਏ, ਉਹ ਤਾਂ ਜ਼ਰੂਰ ਕਰਨਾ ਬੇਟਾ। ਬਾਕੀ ਬਹੁਤ ਸੋਹਣਾ ਪਰਿਵਾਰ ਸਾਰਾ, ਬਹੁਤ ਖੁਸ਼ ਹਾਂ, ਬਹੁਤ ਕਿਰਪਾ ਤੁਹਾਡੀ ਬਾਬਾ ਜੀ। ਅਸਲ ਬਾਬਾ ਜੀ ਇਹ ਬਾਬਾ ਜੀ ਮੇਰਾ ਸਵਾਲ ਇਹ ਹੈ ਕਿ ਜਦੋਂ ਆਪਾਂ ਨੂੰ ਨਾਮਦਾਨ ਦੀ ਬਖਸ਼ਿਸ਼ ਹੁੰਦੀ ਹੈ ਤਾਂ ਆਪਾਂ ਭਜਨ ਸਿਮਰਨ ਤੋਂ ਬੈਠਣ ਤੋਂ ਬਾਅਦ ਆਪਾਂ ਦੂਸਰੇ ਬੰਦੇ ਨਾਲ ਗੱਲ ਸ਼ੇਅਰ ਕਰਦੇ, ਕਿਉਂ ਨਾਮਦਾਨ ਦੀ ਬਖਸ਼ਿਸ਼ ਖਤਮ ਹੋ ਜਾਂਦੀ ਹੈ? ਨਾ ਇਹ ਪਤਾ ਨਹੀਂ ਤੁਸੀਂ ਕਿਹੜੀਆਂ ਗੱਪਾਂ ਮਾਰ ਕੇ ਬਹਿ ਜਾਂਦੇ ਹੋ, ਬਖਸ਼ਿਸ਼ ਤਾਂ ਕਦੇ ਵੀ ਨਹੀਂ ਬੇਟਾ ਉਹਦੀ ਖਤਮ ਹੋ ਸਕਦੀ। ਮਗਰ ਹੁਣ ਦੇਖੋ, ਜਿਹੜੀ ਚੀਜ਼ ਆਪਾਂ ਖਾਵਾਂਗੇ ਉਹਨੂੰ ਹਜ਼ਮ ਕਰਾਂਗੇ ਤਾਂ ਤਾਕਤ ਮਿਲੂਗੀ, ਹੁਣ ਜੇ ਆਪਾਂ ਉਲਟੀ ਕਰ ਦੇਵਾਂਗੇ ਤਾਂ ਜਿਹੜਾ ਖਾਧਾ ਪੀਤਾ ਉਹ ਨਿਕਲ ਗਿਆ ਸਾਰਾ, ਠੀਕ ਹੈ ਨਾ। ਸੋ ਜਿਹੜੀ ਵੀ ਉਹਦੀ ਬਖਸ਼ਿਸ਼ ਹੈ ਉਹਨੂੰ ਸੰਭਾਲ ਕੇ ਰੱਖੀਏ, ਹਜ਼ਮ ਕਰੀਏ। ਹੁਣ ਦੁਨੀਆਂ ਨੂੰ ਡੌਂਡੀ ਪਿੱਟਣ ਦੇ ਨਾਲ ਕੀ ਮਿਲ ਜੂਗਾ ਤੁਹਾਨੂੰ? ਦੁਨੀਆਂ ਦੀ ਵਾਹ ਵਾਹ ਮਿਲੂਗੀ, ਮਨ 'ਚ ਅਹੰਕਾਰ ਆ ਜੂਗਾ, ਤਾਂ ਫਿਰ ਕੀ ਫਾਇਦਾ ਹੋਇਆ? ਬਾਬਾ ਜੀ ਇਹ ਨਾਮਦਾਨ ਦੀ ਬਖਸ਼ਿਸ਼ ਜ਼ਰੂਰ ਕਰਿਓ। ਬਾਬਾ ਜੀ ਕੁਝ ਨਹੀਂ ਚਾਹੀਦਾ, ਬਸ ਤੁਸੀਂ ਆਪਣੇ ਚਰਨਾਂ ਨਾਲ ਆਈ ਰੱਖਿਓ, ਆਪਣੀ ਦਇਆ ਮਿਹਰ ਬਣਾਈ ਰੱਖਿਓ, ਬਾਕੀ ਤੁਹਾਡਾ ਦਿੱਤਾ ਸਭ ਕੁਝ ਹੈ। ਬਾਬਾ ਜਦੋਂ ਨਾ ਬਜ਼ੁਰਗ ਕਹਿੰਦੇ ਆ ਕੁਛ ਨਹੀਂ ਚਾਹੀਦਾ ਉਦੋਂ ਤੋਂ ਮੈਂ ਮੰਨ ਸਕਦਾ, ਜਦੋਂ ਜਵਾਨ ਕਹਿੰਦੇ ਆ ਉਦੋਂ ਫਿਰ ਮੇਰੇ ਥੋੜੇ ਜਿਹੇ ਸਿਰ 'ਚ ਖੁਰਕ ਹੁੰਦੀ ਹੈ। ਨਹੀਂ ਬਾਬਾ ਜੀ ਤੁਹਾਡੇ ਚਰਨਾਂ 'ਚ ਤੁਸੀਂ ਲਾਈ ਰੱਖਿਓ, ਆਪਣੇ ਚਰਨਾਂ 'ਚ ਹੋਰ ਕੁਝ ਨਹੀਂ ਚਾਹੀਦਾ। ਬਾਬਾ ਜੀ ਕਈ ਲੋਕ ਇੱਕ ਧਰਮ ਨੂੰ ਛੱਡ ਕੇ ਦੂਜੇ ਧਰਮ ਨੂੰ ਮੰਨਦੇ ਨੇ, ਉਹ ਇਹ ਕਿਉਂ ਕਰਦੇ ਨੇ ਲੋਕ? ਕੋਈ ਮਕਸਦ ਨਹੀਂ ਗਾ, ਮਾਲਿਕ ਇੱਕ ਹੈ ਬੇਟਾ। ਹੈ ਕੋਈ ਧਰਮ ਜਿਹੜਾ ਕਹਿੰਦਾ ਦੋ ਜਾਂ ਤਿੰਨ ਮਾਲਿਕ ਹੈ? ਸਾਰੇ ਮੰਨਦੇ ਆ ਕਿ ਇੱਕ ਮਾਲਿਕ ਹੈ ਬੇਟਾ। ਹੁਣ ਆਪਾਂ ਹੁਣ ਜਿਵੇਂ ਘਰ 'ਚ ਬੇਟਾ ਹੈ, ਬੱਚਾ ਹੈ, ਮਾਂ ਉਹਨੂੰ ਕਦੇ ਉਹਦੇ ਨਾਂ ਨਾਲ ਪੁਕਾਰਦੀ ਹੈ, ਕਦੇ ਆਪਣਾ ਬੇਟਾ ਕਹਿੰਦੀ ਹੈ, ਕਦੇ ਮੇਰਾ ਪਿਆਰਾ ਕਹਿੰਦੀ ਹੈ। ਹੁਣ ਅਲੱਗ ਅਲੱਗ ਲਫ਼ਜ਼ ਇਸਤੇਮਾਲ ਕਰਨ ਦੇ ਨਾਲ ਉਹਦਾ ਔਰ ਬੱਚੇ ਦਾ ਰਿਸ਼ਤਾ ਤਾਂ ਨਹੀਂ ਬਦਲ ਜਾਣਾ? ਹੁਣ ਆਪਾਂ ਉਹਨੂੰ ਅਕਾਲ ਪੁਰਖ ਕਹੀਏ, ਆਪਾਂ ਖੁਦਾ ਕਹੀਏ, ਆਪਾਂ ਉਹਨੂੰ ਰਾਮ ਰਾਮ ਕਹੀਏ, ਜੋ ਮਰਜ਼ੀ ਕਹੀਏ, ਮਾਲਿਕ ਇੱਕ ਹੈ। ਹੁਣ ਅਸੀਂ ਅਲੱਗ ਅਲੱਗ ਨਾਮ ਚੁਣ ਕੇ ਰੱਖ ਲਏ ਔਰ ਇਸ ਕਰਕੇ ਆਪਾਂ ਆਪਣੇ ਆਪ ਨੂੰ ਵੰਡ ਵੰਡਾ ਕੇ ਬਹਿ ਗਏ ਬੇਟਾ। ਜੁੜਨਾ ਉਹਦੇ ਨਾਲ ਹੈ, ਇੱਕ ਦੇ ਨਾਲ, ਜਿਵੇਂ ਮਰਜ਼ੀ ਜੁੜੀਏ। ਬੱਚੇ ਨੂੰ ਤਾਲੀਮ ਦੇਣੀ ਹੈ, ਆਪਾਂ ਸਰਕਾਰੀ ਸਕੂਲ 'ਚ ਪਾ ਦਈਏ, ਪ੍ਰਾਈਵੇਟ ਸਕੂਲ 'ਚ ਪਾ ਦਈਏ, ਕਿਸੇ ਹੋਰ ਸਕੂਲ 'ਚ ਪਾ ਦਈਏ, ਮਕਸਦ ਕੀ ਹੈ? ਤਾਲੀਮ ਹੈ, ਮਕਸਦ ਦਾ ਧਿਆਨ ਰੱਖੋ ਬੇਟਾ। ਪਰ ਬਾਬਾ ਜੀ ਕਈ ਉਹਨਾਂ ਲਵੇਖ ਕੇ ਕਈਆਂ ਦਾ ਮਨ ਭੜਕ ਜਾਂਦਾ ਹੈ, ਇਹ ਕਿਉਂ ਹੈ?
ਇਹ ਤਾਂ ਹੁਣ ਬੇਟਾ ਸਾਡੀਆਂ ਜਿਸਮਾਨੀ ਲੋੜਾਂ ਕੋਈ ਪੂਰੀਆਂ ਕਰ ਦਿੰਦਾ, ਅਸੀਂ ਸੋਚਦੇ ਹਾਂ ਆਹ ਚੰਗਾ ਤਰੀਕਾ ਬੇਟਾ, ਹੋਰ ਕੁਛ ਨਹੀਂ ਹੈਗਾ, ਪਰਮਾਰਥ ਵਿੱਚ ਤਾਂ ਸਾਰੇ ਇੱਕੋ ਜਿੱਕੇ ਆ ਬੇਟਾ। ਬਾਬਾ ਜੀ ਪਰਿਵਾਰ ਔਰ ਮਜ਼ਹਬ ਬਦਲਣ ਦੇ ਨਾਲ ਨਹੀਂ ਮਿਲਣਾ, ਮਿਲੂਗਾ ਤੁਹਾਨੂੰ ਆਪਣੀ ਕਰਨੀ ਦਾ ਮਿਲੂਗਾ ਬੇਟਾ, ਜਿੰਨਾ ਚਿਰ ਕਰਨੀ ਨਹੀਂ ਨਾ ਹੋਣੀ ਜਿੱਥੇ ਮਰਜ਼ੀ ਚਲੇ ਜਾਓ ਨਹੀਂ ਮਿਲਣਾ, ਕਰਨੀ ਕਰੋਗੇ ਜਿੱਥੇ ਮਰਜ਼ੀ ਬੈਠੇ ਹੋ ਮਿਲੂਗਾ, ਮਿਲੂਗਾ ਆਪਣੀ ਕਰਨੀ ਦਾ। ਬਾਬਾ ਜੀ ਪਰਿਵਾਰ 'ਤੇ ਦਿਆ ਮੇਰ ਰੱਖਣਾ, ਨਾਮਦਾਨ ਦੀ ਬੱਚੀ ਸਿਖਾਉਣਾ। ਬਾਬਾ ਜੀ ਤੁਹਾਡਾ ਦਿੱਤਾ ਸਭ ਕੁਛ ਆ। ਬਾਬਾ ਜੀ ਮੈਰਿਜ ਹੋਈ ਸੀ ਮੇਰੀ ਓਲਡ ਕਾਸਟ, ਸਭ ਕੁਛ ਬਾਬਾ ਜੀ ਠੀਕ ਚੱਲ ਰਿਹਾ, ਲੇਕਿਨ ਪਤਾ ਨਹੀਂ ਬਾਬਾ ਜੀ ਕਿਉਂ ਮੈਂ ਇਹਦੀ ਫੈਮਿਲੀ ਦੇ ਨਾਲ ਨਹੀਂ ਕਰ ਸਕਦਾ। ਦੇਖੋ ਮੇਰੇ ਸਾਹਮਣੇ ਨਾ ਕੋਈ ਕਾਸਟ ਹੈ ਤਾਂ ਨਾ ਕੋਈ ਮਜ਼ਹਬ ਹੈ, ਮੇਰੇ ਸਾਹਮਣੇ ਸਿਰਫ ਇਨਸਾਨੀਅਤ ਹੈ ਬੇਟਾ। ਆਪਾਂ ਸਾਰੇ ਮਾਲਕ ਦੇ ਬੱਚੇ ਹਾਂ ਬੇਟਾ, ਇਹ ਸਾਰੀਆਂ ਚੀਜ਼ਾਂ ਨਾ ਅਸੀਂ ਬਣਾਈਏ, ਇਹ ਮਜ਼ਹਬ ਦੀਆਂ ਦੀਵਾਰਾਂ, ਇਹ ਉੱਚਾ ਨੀਚਾ ਇਹ ਸਾਡਾ ਬਣਾਇਆ ਬੇਟਾ, ਮਾਲਕ ਦੇ ਵਾਸਤੇ ਸਾਰੇ ਅੱਗੇ। ਦੇਖੋ ਹਵਾ ਪੁੱਛਦੀ ਹੈ ਤੁਹਾਨੂੰ ਤੁਹਾਡਾ ਮਜ਼ਹਬ ਕੀ ਹੈ ਜਾਂ ਤੁਹਾਡਾ ਧਰਮ ਕੀ ਹੈ ਜਾਂ ਤੁਹਾਡੀ ਜ਼ਾਤ ਕਿਹੜੀ ਹੈ, ਫਲ ਹੈ ਫਰੂਟ ਹੈ ਸਬਜ਼ੀਆਂ ਹੈ, ਉਹ ਤੁਹਾਨੂੰ ਪੁੱਛਦੇ ਹੈ ਕਿ ਤਾਂ ਤੁਹਾਡਾ ਪੇਟ ਭਰਨਗੇ? ਸਿਰਫ ਇਨਸਾਨ ਪਰਖ ਕਰਦਾ। ਮਾਲਕ ਨੇ ਇਹਨੂੰ ਵਿਵੇਕ ਦਿੱਤਾ ਸੀ ਕਿ ਚੰਗਾ ਔਰ ਬੁਰੇ ਦੀ ਪਹਿਚਾਣ ਕਰੇ, ਚੰਗੇ ਬੁਰੇ ਦੀ ਕੀ ਪਹਿਚਾਣ ਕਰਨੀ ਹੈ, ਇਹਨੇ ਆਪਸ ਵਿੱਚ ਦੀਵਾਰਾਂ ਖੜੀਆਂ ਕਰ ਲਈਆਂ ਬੇਟਾ। ਔਰ ਜਿੰਨੀਆਂ ਦੀਵਾਰਾਂ ਖੜੀਆਂ ਕਰਾਂਗੇ ਉਨਾ ਆਪਾਂ ਮਾਲਕ ਤੋਂ ਦੂਰ ਹੁੰਦੇ ਜਾਵਾਂਗੇ, ਕਿਉਂਕਿ ਉਹਨੇ ਇਨਸਾਨੀਅਤ ਦੇਖਣੀ ਹੈ ਬੇਟਾ। ਜਿੱਥੇ ਇਨਸਾਨੀਅਤ ਖਤਮ ਹੁੰਦੀ ਹੈ ਨਾ, ਜਿੱਥੇ ਆਪਾਂ ਇਹ ਊਚ ਨੀਚ ਵਿੱਚ ਪੈ ਜਾਵਾਂਗੇ, ਉੱਥੇ ਮਾਲਕ ਤੋਂ ਦੂਰ ਹੋ ਗਏ ਬੇਟਾ। ਬਾਬਾ ਜੀ ਭੁੱਲਣ ਆ ਰਹੇ ਹਾਂ, ਬਖਸ਼ ਲਓ। ਬਾਬਾ ਜੀ ਨਾਮਦਾਨ ਲੈ ਕੇ ਵੀ ਬਾਬਾ ਜੀ ਮੈਂ ਇੰਨੀਆਂ ਗਲਤੀਆਂ ਕੀਤੀਆਂ, ਬਾਬਾ ਜੀ ਮੈਂ ਅੱਗੇ ਖਲੋ ਨਹੀਂ ਸਕਦਾ ਤੁਹਾਡੀ। ਮੈਂ ਕੀ ਕਹਾਂ ਤੈਨੂੰ, ਇੰਨਾ ਸੋਹਣਾ ਮੁੰਡਾ ਹੈਗਾ ਪੈਰ ਫਿਸਲ ਜਾਂਦਾ ਹੈ, ਭਲੇ ਮਾਨਸੋ ਬੋਝ ਆਪਾਂ ਨੂੰ ਚੁੱਕਣਾ ਪਊਗਾ, ਕਿਸੇ ਹੋਰ ਨੇ ਤਾਂ ਨਹੀਂ ਚੁੱਕਣਾ ਯਾਰ, ਸਮਝ ਕੇ ਪੈਰ ਰੱਖੀਏ। ਜਦੋਂ ਆਪਾਂ ਨੂੰ ਪਤਾ ਹੈ ਕਿ ਸਹੀ ਕੀ ਹੈ ਗਲਤ ਕੀ ਹੈ, ਬੋਝ ਕਿਸੇ ਨੇ ਨਹੀਂ ਚੁੱਕਣਾ। ਇਹ ਨਾ ਸੋਚੋ ਕਿ ਇੱਥੇ ਬਾਬੇ ਕੋਲ ਖੜੇ ਹੋ ਕੇ ਮਾਫ਼ੀ ਮੰਗ ਕੇ ਮਾਫ਼ੀ ਮਿਲ ਜੂਗੀ, ਬੇਟਾ ਜੈਸੀ ਕਰਨੀ ਵੈਸੀ ਭਰਨੀ, ਕਰਮ ਜੋ ਕਰੇਗਾ ਤੂੰ ਉਹੀ ਫਿਰ ਭੋਗਣਾ ਭਰਨਾ, ਇਹ ਕਰਮਾਂ ਦਾ ਹਿਸਾਬ ਕਿਤਾਬ ਸਾਡਾ ਕੋਈ ਲੈ ਨਹੀਂ ਸਕਦਾ। ਸੋ ਇਸ ਕਰਕੇ ਬਜਾਏ ਇਹਦੇ ਕਿ ਆਪਾਂ ਬਾਅਦ 'ਚ ਪਛਤਾਈਏ, ਪਹਿਲਾਂ ਹੀ ਸੋਚ ਕੇ ਕਦਮ ਚੁੱਕੀਏ ਬੇਟਾ, ਹੁਣ ਜੋ ਹੋ ਗਿਆ ਹੋ ਗਿਆ, ਅੱਗੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਬਾਬਾ ਜੀ ਵਾਈਫ ਕਹਿੰਦੀ ਹੈ ਵੀ ਆਪੇ ਬਾਬਾ ਜੀ ਤੁਹਾਨੂੰ ਕਰਨਗੇ ਸੂਤਰ, ਉਹ ਤਾਂ ਕਰਨਾ ਪਊਗਾ, ਹੁਣ ਜੇ ਤੂੰ ਆਪ ਨਹੀਂ ਬਚੇਗਾ ਤਾਂ ਕਿ ਡਾਢਾ ਬਾਬਾ। ਬੇਟਾ ਸੰਭਲ ਕੇ ਚੱਲੀਏ ਬੇਟਾ, ਨੁਕਸਾਨ ਤਾਂ ਸਾਡਾ ਹੀ ਹੋਊਗਾ ਨਾ। ਬਾਬਾ ਜੀ ਦੁਨਿਆਵੀ ਹਾਲ ਜਿੱਦਾਂ ਦੇ ਮਰਜ਼ੀ ਹੋਣ ਬਾਬਾ ਜੀ, ਅਮੀਰੀ ਗਰੀਬੀ ਬਾਬਾ ਜੀ ਰੱਖਿਓ ਚਰਨਾਂ ਦੇ ਕੋਲ ਬਾਬਾ ਜੀ। ਬੇਟਾ ਮੇਰੇ ਸਾਹਮਣੇ ਕੋਈ ਅਮੀਰੀ ਨਹੀਂ ਤਾਂ ਕੋਈ ਗਰੀਬੀ ਨਹੀਂ ਗੀ, ਇੱਥੇ ਤਾਂ ਦਿਲ ਦੀਆਂ ਗੱਲਾਂ ਹੈ ਬੇਟਾ, ਜਿਹਦੇ ਅੰਦਰ ਪਿਆਰ ਹੈ ਉਹਦੇ ਨਾਲ ਰਿਸ਼ਤਾ ਹੈ ਬੇਟਾ, ਜਿੱਥੇ ਪਿਆਰ ਨਹੀਂ ਗਾ ਭਾਵੇਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋਵੇ, ਜਿੰਨਾ ਅਮੀਰ ਹੁੰਦਾ ਨਾ ਉਨਾ ਦਿਲ ਇੰਨਾ ਹੁੰਦਾ। ਤੁਸੀਂ ਗਰੀਬ ਦੇ ਘਰ ਜਾਓ ਨਾ, ਉਹਦੇ ਕੋਲ ਇੱਕ ਰੋਟੀ ਹੈ ਉਹਨੇ ਤੁਹਾਡੇ ਨਾਲ ਵੰਡ ਕੇ ਖਾਣੀ ਹੈ, ਅਮੀਰ ਨੇ ਨਾ ਦਰਵਾਜ਼ੇ ਵਿੱਚ ਵੜਨ ਨਹੀਂ ਦੇਣਾ, ਪਾਣੀ ਦਾ ਗਲਾਸ ਨਹੀਂ ਪੁੱਛਣਾ ਜਿੰਨਾ ਚਿਰ ਉਹਨੂੰ ਆਪਣਾ ਮਤਲਬ ਨਾ ਹੋਵੇ। ਸੁਆਪਾ ਕੀ ਲੈਣਾ ਅਮੀਰਾਂ ਤੋਂ ਬੇਟਾ? ਬਾਬਾ ਜੀ ਮੀਰੀ ਚਾਹੀਦੀ ਨਹੀਂ, ਬਸ ਤੁਹਾਡੀ ਸੰਗਤ ਚਾਹੀਦੀ ਬਾਬਾ ਜੀ, ਤੁਹਾਡੀ ਸੇਵਾ ਚਾਹੀਦੀ। ਆਪਣੇ ਆਪਣੇ ਵਸ ਵਿੱਚ ਹੈ ਹੀ ਬੇਟਾ ਪਿਆਰ, ਨਾਨਕ ਕੇ ਘਰ ਕੇਵਲ ਨਾਮ, ਬਸ। ਬਾਬਾ ਜੀ ਬੱਚੇ ਵਿਆਹ ਲੈਣੇ ਅਤੇ ਫਰਕ ਹੋ ਗਏ ਜੀ, ਅਤੇ ਤੁਸੀਂ ਸਾਨੂੰ ਸੇਵਾ 'ਚ ਬੁਲਾਈ 'ਚ ਭਜਨ ਸਿਮਰਨ ਜੁੜਦਾ ਨਹੀਂ। ਅਤੇ ਬੇਟਾ ਹੁਣ ਸਾਨੂੰ ਕਦਰ ਕਰਨੀ ਚਾਹੀਦੀ ਹੈ, ਮਾਲਕ ਨੇ ਜ਼ਿੰਮੇਵਾਰੀਆਂ ਆਪਣੀਆਂ ਪੂਰੀਆਂ ਕਰਤੀਆਂ ਤਾਂ ਹੁਣ ਆਹ ਵੀ ਜ਼ਿੰਮੇਵਾਰੀ ਆਪਾਂ ਪੂਰੀ ਕਰ ਲਈਏ। ਹਾਂਜੀ ਸਾਨੂੰ ਤਾਂ ਉਹਦੇ ਬਖਸ਼ਿਸ਼ ਤੋਂ ਬਗੈਰ ਆਪਾਂ ਕਰ ਸਕਦੇ ਸੀਗੇ, ਤਾਂ ਫਿਰ ਸਾਡਾ ਫਰਜ਼ ਨਹੀਂ ਬਣਦਾ ਕਿ ਆਪਾਂ ਕਦਰ ਕਰੀਏ ਬੇਟਾ? ਸਾਨੂੰ ਸੇਵਾ 'ਚ ਬੁਲਾਈ ਰੱਖੋ ਅਤੇ ਅਸੀਂ ਤੁਹਾਡੇ ਕੋਲ ਆਈ ਜਾਈਏ। ਨਹੀਂ ਸੇਵਾ ਤਾਂ ਸੇਵਾ ਕੀਤੀ ਜਾਈਏ, ਉਹ ਕਹਿੰਦੇ ਆ ਨਾ ਸੇਵਾ ਕਰਾਂਗੇ ਤਾਂ ਮੁੱਕਦੀ ਨਹੀਂ, ਨਹੀਂ ਕਰਾਂਗੇ ਤਾਂ ਰੁਕਦੀ ਨਹੀਂ। ਹਾਂਜੀ
ਸੋ ਸੇਵਾ ਨਹੀਂ ਮੁੱਕ ਸਕਦੀ ਕਦੇ। ਹਾਂ ਟੈਨਸ਼ਨ ਰਹਿੰਦੀ ਹੈ, ਨੀਂਦ ਜਿਹੀ ਆਉਂਦੀ। ਕਾਹਦੀ ਟੈਨਸ਼ਨ ਰਹਿੰਦੀ ਹੈ? ਉਹ ਬੁਢਾਪੇ 'ਚ ਕਾਹਦੀ ਟੈਨਸ਼ਨ ਹੈ? ਮੁੰਡਿਆਂ ਦੀ ਤਾਂ ਮੈਂ ਸਮਝ ਸਕਦਾ ਕੋਈ ਟੈਨਸ਼ਨ ਹੈਗੀ ਹੈ, ਆਪਣੀ ਬੁਢਾਪੇ 'ਚ ਕਾਹਦੀ ਟੈਨਸ਼ਨ ਹੈ? ਪਰ ਨੀਂਦ ਨਹੀਂ ਆਉਂਦੀ। ਹੈਂ? ਨੀਂਦ ਨਹੀਂ ਆਉਂਦੀ। ਚੰਗਾ ਸਗੋਂ ਭਜਨ ਸਿਮਰਨ ਕਰ ਬਹਿ ਕੇ। ਤੂੰ ਦੇਖੀ ਭਜਨ ਸਿਮਰਨ ਕਰ ਬੈਠੇਗਾ ਨਾ, ਹਾਂਜੀ, 15 ਮਿੰਟਾਂ 'ਚ। ਹਾਂ, ਇਹ ਪ੍ਰੋਬਲਮ ਹੀ ਸਾਰਿਆਂ ਨੂੰ ਹੈ ਭਜਨ ਸਿਮਰਨ 'ਚ, ਕਿ ਜੀ ਨੀਂਦ ਬਹੁਤ ਆਉਂਦੀ ਹੈ, ਔਰ ਤੂੰ ਨੀਂਦ ਨਹੀਂ ਆਉਂਦੀ ਕਰਕੇ ਤਾਂ ਦੇਖ। ਚਲੋ ਚਰਨਾਂ ਨਾਲ ਲਾਈ ਰੱਖੋ। ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਜੀ, ਤੁਸੀਂ ਦੁਨੀਆ ਦੀ ਹਰੇਕ ਖੁਸ਼ੀ ਮੈਨੂੰ ਦਿੱਤੀ। ਸੱਚੇ ਪਾਤਸ਼ਾਹ ਬੇਨਤੀ ਹੈ ਕਿ ਜਦੋਂ ਭਜਨ ਸਿਮਰਨ 'ਤੇ ਬੈਠਦੇ ਹਾਂ ਤਾਂ ਤੁਹਾਡਾ ਸਰੂਪ ਨਹੀਂ ਸਾਹਮਣੇ ਆਉਂਦਾ। ਬੇਟਾ ਉਹ ਆਪਣੇ ਵੱਸ ਦੀ ਗੱਲ ਨਹੀਂ ਗੀ, ਅਸੀਂ ਨਹੀਂ ਧਿਆਨ ਕਰ ਸਕਦੇ, ਆਪਾਂ ਸਿਰਫ ਸਿਮਰਨ ਕਰ ਸਕਦੇ। ਸਿਮਰਨ ਦੇ ਨਾਲ ਇਕਾਗਰਤਾ ਆਊਗੀ, ਜਿਵੇਂ ਜਿਵੇਂ ਇਕਾਗਰਤਾ ਆਈ ਤਾਂ ਧਿਆਨ ਆਊਗਾ। ਚੱਲਦੇ ਪਾਣੀ 'ਚ ਆਪਾਂ ਸ਼ਕਲ ਨਹੀਂ ਦੇਖ ਸਕਦੇ, ਪਾਣੀ ਪੂਰੀ ਤਰ੍ਹਾਂ ਸਥਿਰ ਹੋਊਗਾ ਤਾਂ ਸ਼ਕਲ ਦਿਖਾਈ ਦੇਊਗੀ। ਉਸੇ ਤਰ੍ਹਾਂ ਬੇਟਾ, ਜਿੰਨਾ ਚਿਰ ਸਥਿਰਤਾ ਨਹੀਂ ਆਉਂਦੀ ਧਿਆਨ ਨਹੀਂ ਆਉਣਾ। ਦੁਨੀਆਂ ਵਿੱਚ ਕੋਈ ਚੀਜ਼ ਦੇਖਦੇ ਹਾਂ ਬੜੀ ਆਸਾਨੀ ਦੇ ਨਾਲ ਆ ਜਾਊਗਾ, ਇੱਥੇ ਨਹੀਂ ਆਉਣਾ। ਮਨ ਸਾਫ ਹੋਣਾ ਚਾਹੀਦਾ ਔਰ ਮਨ ਸਥਿਰ ਹੋਣਾ ਚਾਹੀਦਾ ਬੇਟਾ। ਆਪਾਂ ਤਾਂ ਮਨ ਵਿੱਚ ਪਤਾ ਨਹੀਂ ਕੀ ਚੀਜ਼ਾਂ ਪਾਈ ਰੱਖੀਆਂ। ਬਾਬਾ ਜੀ ਦਿਆ ਮਿਹਰ ਕਰਿਓ, ਐਸੇ ਜਨਮ 'ਚ ਹੀ ਸੱਚੇ ਪਾਤਸ਼ਾਹ ਲੈ ਜਿਓ, ਚਾਹੇ ਕੰਨੋਂ ਫੜ ਕੇ ਲੈ ਜਿਓ, ਚਾਹੇ ਉਂਗਲ ਫੜ ਕੇ ਲੈ ਜਿਓ। ਕਰਨੀ ਦੇ ਨਾਲ ਮਹਾਰਾਜ ਜੀ ਕਿਹਾ ਕਰਦੇ ਸੀ, ਨਾਮ ਲੈਣਾ ਤਾਂ ਜਿਵੇਂ ਬੁਲਡੋਜ਼ਰ ਨਾਲ ਬੰਨਤਾ, ਠੀਕ ਹੈ ਨਾ। ਹੁਣ ਤੁਸੀਂ ਬੁਲਡੋਜ਼ਰ ਨਾਲ ਚੱਲਦੇ ਜਾਓਗੇ, ਆਰਾਮ ਦੇ ਨਾਲ ਪਹੁੰਚ ਜਾਓਗੇ। ਜੇ ਤੁਸੀਂ ਉੱਥੇ ਚੌਂਕੜੀ ਮਾਰ ਕੇ ਬਹਿ ਗਏ ਕਿ ਮੈਂ ਤਾਂ ਨਹੀਂ ਨਾਲ ਚੱਲਣਾ, ਉਹਨੇ ਘੜੀਸਣਾ, ਘੜੀਸੂਗਾ ਤਾਂ ਪੀੜ ਵੀ ਹੋਊਗੀ, ਦਰਦ ਵੀ ਹੋਊਗੀ। ਸੋ ਆਪਾਂ ਨੂੰ ਨਾਲ ਚੱਲਣਾ ਚਾਹੀਦਾ ਕਿ ਨਹੀਂ? ਬਿਲਕੁਲ ਚੱਲਣਾ ਚਾਹੀਦਾ। ਕਰੋ ਭਜਨ ਸਿਮਰਨ। ਸਰ ਜਦੋਂ ਬਾਬਾ ਜੀ ਤੁਸੀਂ ਨਾਲ ਹੋ ਤਾਂ ਫਿਰ ਗਲਤ ਫਹਿਮੀ 'ਚ ਨਾ ਰਹੋ ਕਿ ਬਾਬਾ ਤੁਹਾਡੇ ਵਾਸਤੇ ਕਰੂਗਾ। ਪਿਓ ਦੇ ਹੁੰਦਿਆਂ ਪੁੱਤ ਨੂੰ ਥੋੜ੍ਹੀ ਕੋਈ ਚਿੰਤਾ ਹੁੰਦੀ? ਪੁੱਤ ਪਿਓ ਫਿਰ ਡੰਡੇ ਵੀ ਮਾਰਦਾ ਜਦੋਂ ਪੁੱਤ ਗਲਤ ਕੰਮ ਕਰਦਾ। ਜਿਵੇਂ ਮਰਜ਼ੀ ਪਿਓ ਕਰ ਲੈ ਜੀ, ਖੜਨਾ ਤਾਂ ਪਿਓ ਨਹੀਂ। ਕਹਿਣਾ ਨਹੀਂ ਮੰਨਣਾ, ਕਹਿਣਾ ਮੰਨਣਾ। ਹਾਂ, ਤੂੰ ਭਾਵੇਂ ਜੋ ਮਰਜ਼ੀ ਕਹਿ ਲਾ ਪਿਓ ਨੂੰ, ਕਹੀ ਜਾਓਗੇ ਕਿ ਤੇਰਾ ਕਹਿਣਾ ਨਹੀਂ ਮੰਨਣਾ। ਕਹਿਣਾ ਬਾਬਾ ਜੀ ਤੁਹਾਡੇ ਹੁਕਮ 'ਚ ਹੀ ਰਹਿ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਪਰ ਕੋਈ ਨਹੀਂ, ਇਸ ਤੋਂ ਜ਼ਿਆਦਾ ਕਰੋ। ਠੀਕ ਹੈ, ਸਾਡੀ ਤਾਂ ਕੋਸ਼ਿਸ਼ ਹੀ ਹੈ ਨਾ ਸੱਚੇ ਪਾਤਸ਼ਾਹ ਕਰਨਾ। ਤਾਂ ਸਰ ਤੁਸੀਂ ਨਾ ਡਾਢੇ ਦੇ ਵੱਸ ਪੈ ਗਏ ਆ ਜੀ, ਇਹ ਕਰਵਾਊਗਾ, ਔਖਾ ਹੋ ਕੇ ਸੌਖਾ ਹੋ ਕੇ ਕਰਨਾ ਪਊ। ਅਸੀਂ ਖੁਸ਼ ਹਾਂ ਜੀ ਇਸ ਡਾਢੇ ਦੇ ਵੱਸ, ਐ ਨਹੀਂ ਮਿਲਣਾ। ਦਿਆ ਮਿਹਰ ਕਰਿਓ ਜੀ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਲੱਖ ਲੱਖ ਸ਼ੁਕਰੀਆ, ਆਪ ਜੀ ਨੇ ਮੈਨੂੰ ਮੌਕਾ ਦਿੱਤਾ ਜੀ। ਬਾਬਾ ਜੀ ਮੇਰੇ 3-4 ਸਵਾਲ ਹੈ ਜੀ, ਜੇ ਇਜਾਜ਼ਤ ਹੋਵੇ ਤਾਂ। ਸੱਚੇ ਪਾਤਸ਼ਾਹ ਜੀ, ਸਾਡੀ ਦੁਕਾਨ ਹੈ ਜੀ, ਆਪਾਂ ਜੀ ਜਿੱਦਾਂ ਦੁਕਾਨ ਦੇ ਵਿੱਚੋਂ ਮੁਨਾਫ਼ਾ ਲੈਂਦੇ ਹਾਂ ਜੀ, ਆਪਾਂ ਨੂੰ ਕਿੰਨੇ ਪਰਸੈਂਟ ਲੈ ਲੈਣਾ ਚਾਹੀਦਾ ਜੀ? ਸੱਚੇ ਪਾਤਸ਼ਾਹ ਜੀ ਮੈਨੂੰ ਹੈ ਨਾ ਇੱਥੇ ਕਿਸੇ ਨੇ ਸਾਖੀ ਸੁਣਾਈ ਸੀ, ਅਤੇ ਉਹ ਕਹਿੰਦੇ ਕਿ ਕੋਈ ਕਹਿੰਦਾ ਜੀ 5% ਲੈਣਾ ਚਾਹੀਦਾ, ਕੋਈ ਕਹਿੰਦਾ 7%। ਮੈਂ ਕਿਹਾ ਜੀ ਕਿਵੇਂ ਕੈਲਕੂਲੇਸ਼ਨ ਕੀਤੀ ਹੈ? ਪਤਾ ਨਹੀਂ ਜੀ, ਸਾਨੂੰ ਤਾਂ ਮੈਨੂੰ ਕਾਹਨੂੰ ਪੁੱਛਦਾ ਫਿਰ ਜੀ? ਹਾਂ, ਉਹਨੂੰ ਪੁੱਛਣਾ ਸੀਗਾ ਕਿ ਜਿਹਨੇ ਕਿਹਾ ਤੁਹਾਨੂੰ। ਨਹੀਂ ਬੇਟਾ ਦੇਖੋ, ਕੋਈ ਵੀ ਮੁਫ਼ਤ ਵਾਸਤੇ ਤਾਂ ਕੁਛ ਨਹੀਂ ਕਰਦਾ, ਭਾਵੇਂ ਆਪਾਂ ਖੇਤੀ ਕਰਦੇ ਹਾਂ, ਕੁਛ ਕਰਦੇ ਹਾਂ ਕਿ ਉਹਦੇ ਨਾਲ ਇਨਕਮ ਆਊਗੀ, ਸਾਡਾ ਘਰ ਬਾਰ ਚੱਲੂਗਾ। ਉਹੀ ਬੇਨਤੀ ਕੀਤੀ, ਲੁੱਟਣਾ ਨਹੀਂ ਆਪਾਂ, ਠੀਕ ਹੈ। ਜੋ ਤੁਸੀਂ ਜਾਇਜ਼ ਸਮਝਦੇ ਹੋ ਉਹ ਤੁਸੀਂ ਲਓ, ਪਰ ਲੁੱਟਣਾ ਨਹੀਂ ਆਪਾਂ। ਔਰ ਜੇ ਕੋਈ ਗਰੀਬ ਆ ਜਾਂਦਾ ਤਾਂ ਤੁਸੀਂ ਉਹਨਾਂ ਡਿਸਕਾਊਂਟ 'ਤੇ ਦਿਆ ਕਰੋ। ਹਾਂਜੀ, ਠੀਕ ਹੈ। ਬਾਬਾ ਜੀ ਇੱਕ ਨਾ ਜੀ, ਜਿੱਦਾਂ ਸਾਡੇ ਸਤਸੰਗ ਘਰ ਹੁਣ ਕਮੇਟੀਆਂ ਚੇਂਜ ਹੋ ਰਹੀਆਂ ਹੈ ਨਾ ਜੀ, ਉਹ ਜੀ ਮੈਨੂੰ ਕਹਿੰਦੇ ਆ ਕਿ ਤੂੰ ਸੈਕਟਰੀ ਬਣ ਜਾ ਇੱਥੇ, ਅਤੇ ਸੱਚੇ ਪਾਤਸ਼ਾਹ ਜੀ ਵੀ ਅਜੇ ਜਿੱਦਾਂ ਦੁਕਾਨ ਵੀ ਸਾਡੇ ਘਰ ਦੇ ਜੀ ਜਿੱਦਾਂ ਚਲਾਉਂਦੇ ਡੈਡੀ ਜੀ ਹੁਣੀ, ਨਾਲ ਫਿਰ ਮੇਰਾ ਬ੍ਰਦਰ ਵੀ ਆ, ਫਿਰ ਮੈਂ ਵੀ ਆ ਜੀ, ਅਤੇ ਉਸ ਕਰਕੇ ਫਿਰ ਇੰਨਾ ਕੋਈ ਮਤਲਬ ਸਾਧਨ ਕਮਾਈ ਦਾ ਜੇ ਘੱਟ ਆ ਵੀ ਜੇ। ਬੇਟਾ ਦੇਖੋ, ਸੇਵਾ ਕਰਨੀ ਹੈ ਖੁਸ਼ੀ ਦੇ ਨਾਲ, ਅੱਛਾ ਜੀ, ਬੋਝ ਬਣ ਕੇ ਨਹੀਂ, ਠੀਕ ਹੈ ਨਾ। ਜੇ ਤਾਂ ਖੁਸ਼ੀ ਨਾਲ ਕਰ ਸਕਦੇ ਹੋ ਜ਼ਰੂਰ ਕਰੋ, ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਮੇਰੇ 'ਤੇ ਬੋਝ ਪਊਗਾ, ਫਿਰ ਤੁਸੀਂ ਹੱਥ ਜੋੜ ਕੇ ਕਹਿ ਦਿਓ ਕਿ ਜੀ ਥੋੜ੍ਹਾ ਜਿਹਾ ਠਹਿਰ ਜਾਓ, ਫਿਰ ਕਰ ਲੂੰਗਾ। ਹਾਂਜੀ, ਠੀਕ। ਬਾਬਾ ਜੀ ਇੱਕ ਨਾ ਜੀ, ਜਿੱਦਾਂ ਸਾਡੇ ਘਰ ਦੇ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਆ ਕਿ ਜਿੱਦਾਂ ਸਾਨੂੰ ਬਾਹਰਲਾ ਕਹਿੰਦੇ ਵੀ ਤੁਸੀਂ ਬਾਹਰ ਚੱਲ ਜਾਓ ਵੀ ਆਪਣੇ ਇੱਧਰ ਦੁਕਾਨ ਨਾਲੋ, ਅਤੇ ਬਾਬਾ ਜੀ ਉਹਦਾ ਵੀ ਸਮਝ ਨਹੀਂ ਲੱਗਦਾ ਵੀ ਇੱਧਰ ਰਹੀਏ ਜਾਂ ਕਿੱਦਾਂ ਕਰੀਏ ਜੀ। ਬੇਟਾ ਜਿੱਥੇ ਮਰਜ਼ੀ ਰਹੋ, ਮਾਲਕ ਨੂੰ ਨਹੀਂ ਭੁੱਲਣਾ, ਮੇਰੇ ਵੱਲੋਂ ਭਾਵੇਂ ਜਿੱਥੇ ਮਰਜ਼ੀ ਰਹੋ, ਠੀਕ ਹੈ। ਕੋਸ਼ਿਸ਼ ਤਾਂ ਬਹੁਤ ਮਤਲਬ ਕੀਤੀ ਜੀ। ਨਹੀਂ, ਇਹ ਤੁਹਾਡੇ ਉੱਤੇ ਮੁਨਸਰ ਹੈ ਬੇਟਾ,
ਦੇਖੋ ਜਿੱਥੇ ਵੀ ਜਾਵਾਂਗੇ ਬੇਟਾ ਮਿਹਨਤ ਕਰਨੀ ਪਊ, ਭਾਵੇਂ ਇੱਥੇ ਰਹੀਏ ਭਾਵੇਂ ਉੱਥੇ ਜਾਈਏ, ਖਾਣਾ ਮਿਹਨਤ ਦਾ ਔਰ ਮਾਲਕ ਨੂੰ ਭੁੱਲਣਾ ਨਹੀਂ ਗਾ। ਹੁਣ ਜਿੱਥੇ ਤੁਸੀਂ ਠੀਕ ਸਮਝੋ ਮੇਰੇ ਵਾਸਤੇ ਤਾਂ ਸਾਰੇ ਇੱਕੋ ਜਿੱਕੇ ਬੇਟਾ। ਸੱਚੇ ਪਾਤਸ਼ਾਹ ਜੀ ਇੱਕ ਜਿੱਦਾਂ ਬਰਤਨ ਸਾਫ਼ ਕਰਨ ਬਾਰੇ ਆਪ ਜੀ ਫਰਮਾਉਂਦੇ ਹੋ, ਸੱਚੇ ਪਾਤਸ਼ਾਹ ਜੀ ਇਹਦੇ ਬਾਰੇ ਮਾੜੇ ਦੱਸ ਦਿਓ ਵੀ ਆਪਾਂ ਨੂੰ ਕਿੱਦਾਂ ਮਤਲਬ ਰੱਖਣਾ ਚਾਹੀਦਾ ਜੀ। ਬੇਟਾ ਕਰਮ ਹੋਰ ਆਪਾਂ ਬੋਝ ਨਾ ਕਰ ਚੁੱਕੀਏ, ਪਹਿਲਾਂ ਹੀ ਬਥੇਰੇ ਹੈਗੇ ਆ, ਇਸੇ ਕਰਕੇ ਤਾਂ ਬੈਠੇ ਹਾਂ। ਜੇ ਕਰਮ ਨਾ ਹੁੰਦੇ ਤਾਂ ਆਪਾਂ ਕਾਹਨੂੰ ਇੱਥੇ ਬੈਠੇ ਹੁੰਦੇ। ਸੱਚੇ ਪਾਤਸ਼ਾਹ ਜੀ ਕਈ ਵਾਰੀ ਜਿੱਦਾਂ ਮੈਨੂੰ ਲੱਗਦਾ ਕਿ ਮੈਂ ਆਹ ਗਲਤੀ ਕਰਨ ਲੱਗਦਾ ਜੀ, ਜਿੱਦਾਂ ਤੁਹਾਡੇ ਤੋਂ ਫਿਰ ਮੈਨੂੰ ਡਰ ਜਿਹਾ ਲੱਗਣ ਲੱਗ ਪੈਂਦਾ ਵੀ ਬਾਬਾ ਲੱਗਣਾ ਚਾਹੀਦਾ। ਗਲਤ ਕੰਮ ਕਰਾਂਗੇ ਤਾਂ ਡਰਨਾ, ਜੇ ਡਰਾਂਗੇ ਨਹੀਂ ਤਾਂ ਫਿਰ ਕਿੱਥੋਂ ਆਪਾਂ ਆਪਣੇ ਆਪ ਨੂੰ ਸੰਭਾਲਾਂਗੇ ਭਾਈ। ਸੋਚ ਵਿਚਾਰ ਕੇ ਕਦਮ ਚੁੱਕੀਏ। ਬਾਬਾ ਜੀ ਜਿੱਦਾਂ ਮੈਂ ਸਿਮਰਨ 'ਤੇ ਤਾਂ ਬੈਠ ਜਾਂਦਾ ਕਈ ਵਾਰੀ, ਪਰ ਮੇਰੇ ਕੋਲੋਂ ਫਿਰ ਕਈ ਵਾਰੀ ਧੁੰਦ 'ਤੇ ਨਹੀਂ ਬੈਠ ਹੁੰਦਾ ਜੀ। ਬੇਟਾ ਫਿਰ ਉਹ ਤਾਂ ਉਹੀ ਗੱਲ ਹੋ ਗਈ ਨਾ ਕਿ ਸਬਜ਼ੀ ਸਾਫ਼ ਵੀ ਕਰ ਲਈ, ਕੱਟ ਵੀ ਲਈ, ਬਣਾ ਵੀ ਲਿੱਤੀ, ਖਾਧੀ ਨਹੀਂ, ਪੇਟ ਕਿਵੇਂ ਭਰੂਗਾ ਖਾਣ ਦੇ ਨਾਲ ਕਿ ਸਬਜ਼ੀ ਬਣਾਉਣ ਦੇ ਨਾਲ। ਸਿਮਰਨ ਬੇਟਾ ਉਹ ਤਾਂ ਆਪਾਂ ਤਿਆਰੀ ਕੀਤੀ ਹੈ, ਮਗਰ ਜਿੰਨਾ ਚਿਰ ਸ਼ਬਦ ਦੇ ਨਾਲ ਨਹੀਂ ਆਪਣੇ ਆਪ ਨੂੰ ਜੋੜਿਆ ਤਾਂ ਫਿਰ ਕੀ ਹੋਇਆ ਬੇਟਾ। ਬਾਬਾ ਜੀ ਸਾਡੀ ਮੰਮੀ ਟੈਨਸ਼ਨਾਂ ਬਹੁਤ ਲੈਂਦੀ ਹੈ ਜੀ। ਤੁਹਾਡੇ ਕਰਕੇ ਲੈਂਦੀ ਹੈ, ਹੋਰ ਕਾਹਦੇ ਕਰਕੇ ਲੈਂਦੀ ਹੈ? ਤੁਸੀਂ ਦੂਰ ਕਰਦੇ ਹੋ ਜੀ। ਮੈਂ ਕਾਹਨੂੰ ਦੂਰ ਕਰੂੰ, ਤੁਸੀਂ ਨਹੀਂ ਦੂਰ ਕਰਨੀ ਹੈ, ਕਿਉਂਕਿ ਅਸੀਂ ਤਾਂ ਟੈਨਸ਼ਨ ਦੇਵਾਂਗੇ, ਤੁਸੀਂ ਦੂਰ ਕਰੋ, ਵੱਧ ਹੋ ਗਈ ਤੁਹਾਡੀ। ਜਿਹੜਾ ਟੈਨਸ਼ਨ ਦਿੰਦਾ ਉਹੀ ਦੂਰ ਕਰੂੰ, ਦਇਆ ਮਿਹਰ ਕਰਿਓ ਜੀ।